ਪਾਰਟ 2 ਦੇ ਵਿੱਚ ਡਿਸਕਸ ਕਰਾਂਗੇ। ट्रांसफार्मर, ट्रांसफार्मर ਨੂੰ ਅਸੀਂ ਇਨਪੁੱਟ, ਵਨ ਸਾਈਡ ਦੇ ਅਸੀਂ ਇਨਪੁੱਟ ਦਿੰਦੇ ਹਾਂ ਔਰ ਦੂਸਰੀ ਸਾਈਡ ਦੇ ਅਸੀਂ ਕੀ ਲੈਂਦੇ ਹਾਂ ਜੀ, ਆਊਟਪੁੱਟ। ਟ੍ਰਾਂਸਫਾਰਮਰ ਜਿਹੜਾ ਕੰਮ ਕਰਦਾ ਹੈ, ਵਰਕ ਕਰਦਾ ਹੈ ਮਿਊਚੁਅਲ ਇੰਡਕਸ਼ਨ, ਮਿਊਚੁਅਲ ਇੰਡਕਸ਼ਨ। ਮਿਊਚੁਅਲ ਇੰਡਕਸ਼ਨ, ਇੰਡਕਸ਼ਨ ਮਿਊਚੁਅਲ ਇੰਡਕਸ਼ਨ ਪ੍ਰਿੰਸੀਪਲ ਤੇ ਕੰਮ ਕਰਦਾ ਹੈ। ਔਰ ਟ੍ਰਾਂਸਫਾਰਮਰ ਨੂੰ ਅਸੀਂ ਕਹਿੰਦੇ ਹਾਂ ਜੀ ਇਲੈਕਟ੍ਰੋ ਮੈਗਨੈਟਿਕ ਕਨਵਰਜਨ ਡਿਵਾਈਸ। ਇਲੈਕਟ੍ਰੋ ਮਕੈਨੀਕਲ ਕਨਵਰਜਨ ਡਿਵਾਈਸ। ਦੇਖੋ ਅਗਰ ਅਸੀਂ, ਇੱਥੇ ਇੰਪੋਰਟੈਂਟ ਪੁਆਇੰਟ ਹੈ, ਅਗਰ ਅਸੀਂ ਮਸ਼ੀਨ ਦੀ ਗੱਲ ਕਰੀਏ ਅਗਰ ਅਸੀਂ ਮਸ਼ੀਨ ਦੀ ਗੱਲ ਕਰੀਏ ਤੋ ਮਸ਼ੀਨ ਸਾਡੇ ਕੋਲ ਦੋ ਤਰ੍ਹਾਂ ਦੀ ਆਉਂਦੀ ਹੈ। ਇੱਕ ਆ ਜਾਂਦੀ ਸਾਡੇ ਕੋਲ ਇਲੈਕਟ੍ਰੋ ਮਕੈਨੀਕਲ, ਇੱਕ ਆ ਜਾਂਦੀ ਸਾਡੇ ਕੋਲ ਮਸ਼ੀਨ ਇਲੈਕਟ੍ਰੋ ਮੈਗਨੈਟਿਕ। ਅਗਰ ਅਸੀਂ ਮਸ਼ੀਨ ਦੀ ਗੱਲ ਕਰੀਏ ਤਾਂ ਇੱਕ ਆ ਗਿਆ ਸਾਡੇ ਕੋਲ ਇਲੈਕਟ੍ਰੋ ਮਕੈਨੀਕਲ, ਇੱਕ ਆ ਗਿਆ ਸਾਡੇ ਕੋਲ ਇਲੈਕਟ੍ਰੋ ਮੈਗਨੈਟਿਕ। ਹੁਣ ਇਲੈਕਟ੍ਰੋ ਮਕੈਨੀਕਲ ਦੇ ਵਿੱਚ ਅਸੀਂ ਕੀ ਯੂਜ ਕਰਦੇ ਹਾਂ, ਇਹਦੇ ਵਿੱਚ ਕਿਹੜੀ ਮਸ਼ੀਨ 'ਚ ਆਉਂਦੇ ਹੈ ਇਲੈਕਟ੍ਰੋ ਮਕੈਨੀਕਲ ਦੀ ਜਦੋਂ ਕੰਮ ਕਰਾਂਗੇ? ਜਨਰੇਟਰ ਤੇ ਮੋਟਰ। ਔਰ ਇਲੈਕਟ੍ਰੋਮੈਗਨੈਟਿਕ ਵਿੱਚ ਕੀ ਸਾਡੇ ਕੋਲ ਆ ਜਾਂਦਾ ਹੈ?
ਇਲੈਕਟ੍ਰੋਮਕੈਨੀਕਲ ਚ ਸਾਡੇ ਕੋਲ, ਇਲੈਕਟ੍ਰੋਮੈਗਨੈਟਿਕ ਚ ਕੀ ਆ ਜਾਂਦਾ ਸਾਡੇ ਕੋਲ ਜੀ? ਟਰਾਂਸਫਾਰਮਰ। ਕੀ ਆ ਜਾਂਦਾ ਸਾਡੇ ਕੋਲ? ਟਰਾਂਸਫਾਰਮਰ। ਹੁਣ ਜਿਹੜਾ ਇਲੈਕਟ੍ਰੋ ਮਕੈਨੀਕਲ ਦੇ ਵਿੱਚ, ਇਲੈਕਟ੍ਰੋ ਮਕੈਨੀਕਲ ਅਸੀਂ ਜਨਰੇਟਰ ਔਰ ਮੋਟਰ ਕੇਸ ਦੇ ਵਿੱਚ ਯੂਜ਼ ਕਰਦੇ ਹਾਂ, ਔਰ ਇਹਦੇ ਵਿੱਚ ਜਿਹੜੀ EMF ਇੰਡਿਊਸ ਹੁੰਦੀ ਹੈ ਉਹ ਕੀ ਹੁੰਦੀ ਹੈ? ਡਾਇਨਾਮਿਕਲੀ। ਡਾਇਨਾਮਿਕਲੀ EMF, ਡਾਇਨਾਮਿਕਲੀ, ਡਾਇਨਾਮਿਕਲੀ ਦਾ ਮਤਲਬ, ਇਹਦਾ ਮੀ ਕੀ ਮੀਨਿੰਗ ਹੈਗਾ? ਇਹਦਾ ਮੀਨਿੰਗ ਹੈਗਾ ਮੂਵਿੰਗ। ਜਿਸ ਤਰ੍ਹਾਂ ਇਹਦੇ ਵਿੱਚ ਆਰਮੇਚਰ ਤੇ ਫੀਲਡ ਵਾਇੰਡਿੰਗ ਦੀ ਦੋ ਗੱਲਾਂ ਕੀਤੀਆਂ ਸੀ, ਆਰਮੇਚਰ ਵਾਇੰਡਿੰਗ ਤੇ ਫੀਲਡ ਵਾਇੰਡਿੰਗ। ਔਰ ਇਹਨਾਂ ਵਿੱਚੋਂ ਜਾਂ ਤੇ ਅਸੀਂ ਆਰਮੇਚਰ ਨੂੰ ਰੋਟੇਟ ਕਰਦੇ ਹਾਂ ਜਾਂ ਅਸੀਂ ਫੀਲਡ ਨੂੰ ਰੋਟੇਟ ਕਰਦੇ ਹਾਂ। ਅਸੀਂ ਜਨਰੇਟਰ ਤੇ ਮੋਟਰ ਵਾਲੇ ਚੈਪਟਰ 'ਚ ਡਿਸਕਸ ਕੀਤਾ ਕਿ ਇਹਦੇ ਵਿੱਚ ਇਲੈਕਟ੍ਰੋ ਮਕੈਨੀਕਲ ਡਾਇਨਾਮਿਕਲੀ ਇੰਡਿਊਸਡ EMF, ਜਿਹਦੇ ਵਿੱਚ ਕਿ ਮੂਵਿੰਗ ਪਾਰਟਸ ਹੁੰਦੇ ਆ, ਕਿਹੜਾ ਮੂਵਿੰਗ ਪਾਰਟਸ ਹੋਏਗਾ? ਜਾਂ ਤਾਂ ਆਰਮੇਚਰ ਹੋਏਗਾ, ਦੋਨਾਂ ਵਿੱਚੋਂ ਇੱਕ ਨੂੰ ਅਸੀਂ ਰੋਟੇਟ ਕਰਦੇ ਹਾਂ, ਜਾਂ ਅਸੀਂ ਆਰਮੇਚਰ ਨੂੰ ਰੋਟੇਟ ਕਰ ਸਕਦੇ ਹਾਂ ਜਾਂ ਅਸੀਂ ਫੀਲਡ ਨੂੰ ਰੋਟੇਟ ਕਰਦੇ ਹਾਂ। ਤੋ ਡਾਇਨਾਮਿਕਲੀ ਮੀਨਸ ਮੂਵਿੰਗ। ਹੁਣ ਅਸੀਂ ਟਰਾਂਸਫਾਰਮਰ ਦੀ ਗੱਲ ਕਰੀਏ ਤਾਂ ਟਰਾਂਸਫਾਰਮਰ ਵਿੱਚ ਜਿਹੜੀ EMF ਇੰਡਿਊਸ ਹੁੰਦੀ ਹੈ ਉਹਨੂੰ ਅਸੀਂ ਕੀ ਕਹਿੰਦੇ ਹਾਂ? ਸਟੈਟਿਕਲੀ। ਸਟੈਟਿਕਲੀ, ਸਟੈਟਿਕਲੀ ਦਾ ਮਤਲਬ ਇੱਕ ਜਗ੍ਹਾ ਤੇ ਫਿਕਸਡ, ਸਥਿਰ, ਸਥਿਰ ਕਹਿ ਲਓ ਇੱਕ ਜਗ੍ਹਾ ਤੇ, ਜਿਹਦੇ ਵਿੱਚ ਜਾਂ ਤੁਸੀਂ ਕਹਿ ਸਕਦੇ ਹੋ ਨੋ ਮੂਵਿੰਗ ਪਾਰਟਸ। ਨੋ ਮੂਵਿੰਗ ਪਾਰਟਸ, ਜਿਹਦੇ ਵਿੱਚ ਕੋਈ ਵੀ ਪਾਰਟਸ ਜਿਹੜਾ ਮੂਵ ਨਹੀਂ ਕਰਦਾ ਉਹਨੂੰ ਅਸੀਂ ਕਹਿੰਦੇ ਹਾਂ ਸਟੈਟਿਕਲੀ। ਤੋ ਇਹ ਤੁਹਾਡੇ ਸਾਹਮਣੇ ਕਲੀਅਰ ਹੋ ਗਿਆ ਕਿ ਅਗਰ ਅਸੀਂ ਟਰਾਂਸਫਾਰਮਰ ਵੀ ਸਾਡੇ ਕੋਲ ਇੱਕ ਮਸ਼ੀਨ ਹੈ ਔਰ ਜਨਰੇਟਰ ਤੇ ਮੋਟਰ ਵੀ ਸਾਡੇ ਕੋਲ ਮਸ਼ੀਨ ਹੈ, ਲੇਕਿਨ ਇਹਦੇ ਵਿੱਚ ਜਿਹੜੇ EMF ਇੰਡਿਊਸ ਹੁੰਦੀ ਹੈ ਡਾਇਨਾਮਿਕਲੀ ਇੰਡਿਊਸਡ EMF ਹੁੰਦੀ ਹੈ। ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਜਿਹੜੀ ਜਨਰੇਟਰ ਵਿੱਚ EMF ਇੰਡਿਊਸ ਹੁੰਦੀ ਹੈ ਉਹ ਡਾਇਨਾਮਿਕਲੀ ਹੁੰਦੀ ਹੈ ਜਾਂ ਸਟੈਟਿਕਲੀ ਇੰਡਿਊਸਡ EMF ਹੁੰਦੀ ਹੈ ਮੋਟਰ ਦੇ ਵਿੱਚ। ਤੋ ਜਿਹਦੇ ਵਿੱਚ ਕੋਈ ਰੋਟੇਟਿੰਗ ਪਾਰਟ ਹੁੰਦਾ ਹੈ, ਕੋਈ ਪਾਰਟ ਰੋਟੇਟ ਕਰਦਾ ਹੈ, ਚਾਹੇ ਉਹ ਆਰਮੇਚਰ ਕਰਦਾ ਹੈ ਚਾਹੇ ਉਹ ਫੀਲਡ ਕਰਦਾ ਹੈ, ਉਹਨੂੰ ਅਸੀਂ ਕਹਿੰਦੇ ਹਾਂ ਡਾਇਨਾਮਿਕਲੀ। ਜਿਹਦੇ ਵਿੱਚ ਕੋਈ ਵੀ ਪਾਰਟਸ ਮੂਵਮੈਂਟ ਨਹੀਂ ਕਰਦਾ ਤੇ ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ? ਸਟੈਟਿਕਲੀ। ਔਰ ਜਿਹੜਾ ਟਰਾਂਸਫਾਰਮਰ ਹੈ ਇਹ ਸਾਡੇ ਕੋਲ ਕੀ ਹੈ? ਇੱਕ ਸਟੈਟਿਕ ਡਿਵਾਈਸ ਹੈ। ਜਦੋਂ ਅਸੀਂ ਟਰਾਂਸਫਾਰਮਰ ਦੀ ਡੈਫੀਨੇਸ਼ਨ ਕਰਦੇ ਹਾਂ ਤਾਂ ਪਹਿਲੀ ਲਾਈਨ ਇਹੀ ਆਉਂਦੀ ਹੈ, ਟਰਾਂਸਫਾਰਮਰ ਇਜ਼ ਏ ਸਟੈਟਿਕ ਡਿਵਾਈਸ। ਟਰਾਂਸਫਾਰਮਰ ਇੱਕ ਐਸਾ ਡਿਵਾਈਸ ਹੈ ਜਿਹਦੇ ਵਿੱਚ ਕੋਈ ਵੀ ਮੂਵਿੰਗ ਪਾਰਟਸ ਨਹੀਂ ਹੈ। ਤੋ ਮੂਵਿੰਗ ਪਾਰਟਸ ਨਾ ਹੋਣ ਕਰਕੇ ਕੀ ਹੁੰਦਾ ਹੈ ਕਿ ਇਸਦੀ ਜਿਹੜੀ ਐਫੀਸ਼ੀਐਂਸੀ ਹੈ ਉਹ ਮੈਕਸਿਮਮ ਐਫੀਸ਼ੀਐਂਸੀ ਹੁੰਦੀ, ਯਾਨੀ ਕਿ ਟਰਾਂਸਫਾਰਮਰ ਇੱਕ ਐਸੀ ਮਸ਼ੀਨ ਹੈ ਜਿਹੜੀ ਐਫੀਸ਼ੀਐਂਸੀ ਨੂੰ 98 to 90% ਐਫੀਸ਼ੀਐਂਸੀ ਦੇ ਦਿੰਦਾ ਹੈ। ਟਰਾਂਸਫਾਰਮਰ, ਟਰਾਂਸਫਾਰਮਰ ਸਾਨੂੰ 98 to 99% ਐਫੀਸ਼ੀਐਂਸੀ ਦਿੰਦਾ ਹੈ। ਉਹਦਾ ਰੀਜ਼ਨ ਇਹੀ ਹੈ ਕਿ ਇਸ ਦੇ ਵਿੱਚ ਕੋਈ ਮੂਵਿੰਗ ਪਾਰਟਸ ਨਹੀਂ ਹੈ, ਇਹਦੇ ਸਾਰੇ ਪਾਰਟ ਜਿਹੜੇ ਆ ਸਟੇਸ਼ਨਰੀ ਹੁੰਦੇ ਆ। ਅਗਰ ਸਾਡੇ ਕੋਲ ਰੋਟੇਟਿੰਗ ਪਾਰਟ ਹੀ ਨਹੀਂ ਹੈ, ਨੋ ਰੋਟੇਟਿੰਗ ਪਾਰਟਸ, ਅਗਰ ਸਾਡੇ ਕੋਲ ਰੋਟੇਟਿੰਗ ਪਾਰਟਸ ਨਹੀਂ ਹੈ ਤਾਂ ਉਹਦੇ ਨਾਲ ਕੀ ਹੋਏਗਾ? ਸਾਡੇ ਕੋਲ ਫ੍ਰਿਕਸ਼ਨਲ ਲਾਸ
ਫ੍ਰਿਕਸ਼ਨਲ ਲੋਸਿਸ, ਜਿਹਨੂੰ ਅਸੀਂ ਫ੍ਰਿਕਸ਼ਨਲ ਮਤਲਬ ਲੋਸ ਰਗੜ, ਫ੍ਰਿਕਸ਼ਨਲ ਲੋਸਿਸ ਯਾਨੀ ਕਿ ਰਗੜ ਲੋਸਿਸ ਜਿਹੜੇ ਹੈ ਉਹ ਕੀ ਹੁੰਦੇ ਹੈ, ਘੱਟ ਹੁੰਦੇ ਹੈ। ਰਗੜ ਲੋਸਿਸ ਕੀ ਹੁੰਦੇ ਨੇ, ਯਾਨੀ ਕਿ ਘੱਟ ਤੁਸੀਂ ਕਹਿ ਸਕਦੇ ਹੁੰਦੇ ਨਹੀਂ ਹੈ। ਅਸੀਂ ਲਿਖ ਦਿੰਦੇ ਹਾਂ ਕਿ ਜਿਹੜੇ ਫ੍ਰਿਕਸ਼ਨ ਲੋਸਿਸ ਨਹੀਂ ਹੁੰਦੇ, ਕਿਉਂਕਿ ਇਨ ਰੋਟੇਟ ਹੀ ਨਹੀਂ ਕਰਨਾ, ਨਹੀਂ ਹੁੰਦੇ, ਯਾਨੀ ਕਿ ਫ੍ਰਿਕਸ਼ਨ ਲੋਸ ਨਹੀਂ ਹੁੰਦੇ। ਇੰਪੋਰਟੈਂਟ ਪੁਆਇੰਟ ਹੈ ਕਿ ਕੁਐਸਚਨ ਦੇ ਵਿੱਚ ਅਗਰ ਆ ਜਾਏ ਕਿ ਟ੍ਰਾਂਸਫਾਰਮਰ ਵਿੱਚ ਫ੍ਰਿਕਸ਼ਨਲ ਲਾਸਿਸ ਹੁੰਦੇ ਆ, ਟ੍ਰਾਂਸਫਾਰਮਰ ਵਿੱਚ ਜਿਹੜੇ ਫ੍ਰਿਕਸ਼ਨਲ ਲਾਸਿਸ ਜਿਹੜੇ ਆ, ਫ੍ਰਿਕਸ਼ਨਲ ਲਾਸਿਸ ਜਿਹੜੇ ਆ ਉਹ ਜ਼ੀਰੋ ਹੁੰਦੇ ਆ, ਉਹਦਾ ਕਾਰਨ ਕੀ ਹੈ, ਕਿਉਂਕਿ ਇਹਦੇ ਵਿੱਚ ਕੋਈ ਵੀ ਰੋਟੇਟਿੰਗ ਪਾਰਟ ਨਹੀਂ ਹੈ। ਤੋ ਅਗਰ ਸਾਨੂੰ ਪੇਪਰ ਦੇ ਵਿੱਚ ਇਹ ਪੁੱਛ ਲਿਆ ਜਾਂਦਾ ਕਿ ਮੈਕਸੀਮਮ ਐਫੀਸ਼ੀਐਂਸੀ ਜਿਹੜੀ ਹੈ ਮਸ਼ੀਨ ਦੇ ਵਿੱਚੋਂ ਕਿਹੜੀ ਮਸ਼ੀਨ ਸਾਨੂੰ ਮੈਕਸੀਮਮ ਐਫੀਸ਼ੀਐਂਸੀ ਦਿੰਦੀ ਹੈ, ਜਨਰੇਟਰ, ਮੋਟਰ, ਟ੍ਰਾਂਸਫਾਰਮਰ, ਠੀਕ ਹੈ, ਤਾਂ ਉਹਦੇ ਵਿੱਚ ਜਿਹੜਾ ਰਾਈਟ ਆਂਸਰ ਹੈ ਸਾਡੇ ਕੋਲ ਆਏਗਾ ਟ੍ਰਾਂਸਫਾਰਮਰ। ਉਹਦਾ ਕੀ ਰੀਜ਼ਨ ਹੈ, ਉਹਦਾ ਰੀਜ਼ਨ ਇਹ ਹੈ ਕਿ ਟ੍ਰਾਂਸਫਾਰਮਰ ਜਿਹੜਾ ਇੱਕ ਸਟੇਟਿਕਲੀ ਯਾਨੀ ਕਿ ਸਟੇਟਿਕ ਡਿਵਾਈਸ ਹੈ ਜਿਹਦੇ ਵਿੱਚ ਨੋ ਮੂਵਿੰਗ ਪਾਰਟਸ, ਔਰ ਇਸ ਕਾਰਨ ਇਹਦੀ ਜਿਹੜੀ ਐਫੀਸ਼ੀਐਂਸੀ ਹੈ ਉਹ 98 to 99% ਐਫੀਸ਼ੀਐਂਸੀ ਜਿਹੜੀ ਹੈ ਦਿੰਦੀ ਹੈ, ਔਰ ਇਸਦੇ ਵਿੱਚ ਕੋਈ ਰੋਟੇਟਿੰਗ ਪਾਰਟ ਨਾ ਹੋਣ ਕਰਕੇ ਕੋਈ ਚੀਜ਼ ਰੋਟੇਟ ਨਹੀਂ ਕਰਦੀ। ਇਹਦੇ ਵਿੱਚ ਜਿਹੜੇ ਫ੍ਰਿਕਸ਼ਨਲ ਲੋਸਿਸ ਜਿਹਨੂੰ ਅਸੀਂ ਕਹਿੰਦੇ ਹਾਂ ਰਗੜ ਲੋਸਿਸ, ਉਹ ਜਿਹੜੇ ਹੈ ਉਹ ਨਹੀਂ ਹੁੰਦੇ। ਉਸ ਤੋਂ ਬਾਅਦ ਹੁਣ ਅਸੀਂ ਚੱਲਦੇ ਹਾਂ ਇਸਦੇ ਵਰਕਿੰਗ ਪ੍ਰਿੰਸੀਪਲ ਦੇ। ਅਗਰ ਤੁਹਾਨੂੰ ਕੋਈ ਡਾਊਟਸ ਰਹਿ ਜਾਏਗਾ ਤੁਸੀਂ ਮੈਸੇਜ ਕਰ ਸਕਦੇ ਹੋ, ਨਾਲ ਨਾਲ ਮੈਂ ਤੁਹਾਡੇ ਮੈਸੇਜ ਦੇਖ ਰਿਹਾ। ਅਗਰ ਕੋਈ ਚੀਜ਼ ਨਾ ਸਮਝ ਆਏ ਤਾਂ ਤੁਸੀਂ ਪੁੱਛ ਵੀ ਸਕਦੇ ਹੋ। ਹੁਣ ਅਸੀਂ ਇਹਦੇ ਵਿੱਚ ਕਰਾਂਗੇ ਵਰਕਿੰਗ ਪ੍ਰਿੰਸੀਪਲ। ਪਹਿਲਾਂ ਅਸੀਂ ਮੇਨ ਮੇਨ ਪੁਆਇੰਟ ਇੱਥੇ ਡਿਸਕਸ ਕਰ ਲਏ ਹੈ, ਇੱਥੇ ਅਸੀਂ ਕਰਾਂਗੇ ਵਰਕਿੰਗ ਪ੍ਰਿੰਸੀਪਲ ਆਫ ਟ੍ਰਾਂਸਫਾਰਮਰ। ਟ੍ਰਾਂਸਫਾਰਮਰ ਜਿਹੜਾ ਉਹ ਕਿਸ ਪ੍ਰਿੰਸੀਪਲ 'ਤੇ ਕੰਮ ਕਰਦਾ ਹੈ, ਇਹ ਇੰਪੋਰਟੈਂਟ ਪੁਆਇੰਟ ਹੈ। ਸਭ ਤੋਂ ਪਹਿਲਾਂ ਅਸੀਂ ਜਿਹੜਾ ਪ੍ਰਿੰਸੀਪਲ ਦਾ ਨੇਮ ਲਿਖਾਂਗੇ, ਫੈਰੇਡੇਜ਼ ਲਾ ਆਫ ਇਲੈਕਟ੍ਰੋ ਮੈਗਨੈਟਿਕ ਇੰਡਕਸ਼ਨ। ਸਿੰਪਲ ਜਿਹਾ ਕੁਸ਼ਚਨ ਹੈ, ਆਮ ਅਕਸਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਟ੍ਰਾਂਸਫਾਰਮਰ ਦਾ ਜਿਹੜਾ ਵਰਕਿੰਗ ਪ੍ਰਿੰਸੀਪਲ ਹੈ ਕਿਸ ਪ੍ਰਿੰਸੀਪਲ 'ਤੇ ਕੰਮ ਕਰਦਾ ਹੈ, ਫੈਰੇਡੇਜ਼ ਲਾ ਆਫ ਇਲੈਕਟ੍ਰੋ ਮੈਗਨੈਟਿਕ ਇੰਡਕਸ਼ਨ। ਹੁਣ ਦੇਖੋ ਜੀ ਇਹ ਕੰਮ ਕਿਸ ਤਰ੍ਹਾਂ ਕਰਦਾ ਹੈ, ਇਹ ਤੁਸੀਂ ਟ੍ਰਾਂਸਫਾਰਮਰ ਦੇਖ ਸਕਦੇ ਹੋ। ਹੁਣ ਇਹਦੇ ਵਿੱਚ ਇਹ ਆ ਗਿਆ ਸਾਡੇ ਕੋਲ ਲੈਮੀਨੇਟਿਡ ਕੋਰ, ਇਹ ਅਸੀਂ ਡਿਸਕਸ ਕਰ ਚੁੱਕੇ ਹਾਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਕਿ ਅਸੀਂ ਟ੍ਰਾਂਸਫਾਰਮਰ ਜਿਹੜੀ ਲੈਮੀਨੇਟਿਡ ਕੋਰ ਜਿਹੜੀ ਹੈ ਉਹਨੂੰ ਸਟੈਕਿੰਗ ਕੀਤਾ ਹੁੰਦਾ, ਇਕੱਠਾ ਕੀਤਾ ਹੁੰਦਾ, ਉਹ ਅਸੀਂ ਲੈਮੀਨੇਟਿਡ ਕੋਰ ਜਿਹੜੀ ਹੈ ਯੂਜ ਕਰਦੇ ਹਾਂ। ਇਹ ਆ ਕਿ ਸਾਡੇ ਕੋਲ ਏ ਸੀ ਸਪਲਾਈ, ਸਪਲਾਈ ਸੋਰਸ, ਜਦੋਂ ਅਸੀਂ ਏ ਸੀ ਸਪਲਾਈ ਦਿੰਦੇ ਹਾਂ ਟ੍ਰਾਂਸਫਾਰਮਰ ਨੂੰ, ਔਰ ਜਿਸ ਵਾਇੰਡਿੰਗ ਦੇ ਥਰੂ ਅਸੀਂ ਏ ਸੀ ਸਪਲਾਈ ਦਿੰਦੇ ਹਾਂ ਉਹ ਜਿਹੜੀ ਵਾਇੰਡਿੰਗ ਨੂੰ ਅਸੀਂ ਪ੍ਰਾਇਮਰੀ ਵਾਇੰਡਿੰਗ ਕਹਿੰਦੇ ਹਾਂ, ਔਰ ਜਿਸ ਸਾਈਡ 'ਤੇ ਅਸੀਂ ਲੋਡ ਕਨੈਕਟ ਕੀਤਾ ਹੁੰਦਾ ਉਹਨੂੰ ਅਸੀਂ ਕਹਿ ਦਿੰਦੇ ਹਾਂ ਸੈਕੰਡਰੀ ਵਾਇੰਡਿੰਗ। ਤੋਂ ਫੈਰੇਡੇ ਇਲੈਕਟ੍ਰੋ ਮੈਗਨੈਟਿਕ ਇੰਡਕਸ਼ਨ
ਜਿਹੜਾ ਪ੍ਰਿੰਸੀਪਲ ਹੈ ਉਹ ਕੀ ਦੱਸਦਾ ਸੀ ਕਿ ਜਿਹੜੀ EMF ਹੈ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦੀ ਹੈ ਨੰਬਰ ਆਫ ਟਰਨਸ, ਰੇਟ ਆਫ ਚੇਂਜ ਆਫ ਫਲਕਸ, ਯਾਨੀ ਕਿ ਨੰਬਰ ਆਫ ਟਰਨ ਇਨਟੂ ਰੇਟ ਆਫ ਚੇਂਜ ਆਫ ਫਲਕਸ। ਫੈਰਡੇ ਨੇ ਇਹ ਸਾਨੂੰ ਨਿਯਮ ਦਿੱਤਾ ਹੈ ਕਿ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ 'ਚ ਜਿਹੜੀ EMF ਇੰਡਿਊਸ ਹੁੰਦੀ ਹੈ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦੀ ਹੈ ਨੰਬਰ ਆਫ ਟਰਨ ਰੇਟ ਆਫ ਚੇਂਜ ਆਫ ਫਲਕਸ, ਕਿ ਫਲਕਸ ਵਿਦ ਰਿਸਪੈਕਟ ਟੂ ਟਾਈਮ 'ਚ ਕਿੰਨਾ ਚੇਂਜ ਹੁੰਦਾ ਹੈ, ਔਰ ਇਹਦਾ ਪ੍ਰੋਡਕਟ ਆ ਜਾਂਦਾ ਸਾਡੇ ਕੋਲ ਐਨ। ਐਨ ਕੀ ਆ ਜਾਂਦਾ ਸਾਡੇ ਕੋਲ? ਨੰਬਰ ਆਫ ਟਰਨ। ਤੇ ਇਹਦੇ ਵਿੱਚ ਸਾਡੇ ਕੋਲ ਆ ਜਾਂਦਾ ਹੈ MMF, ਜਿਹਨੂੰ ਅਸੀਂ ਕਹਿੰਦੇ ਹਾਂ ਮੈਗਨੀਟੋ ਮੋਟਿਵ ਫੋਰਸ, ਮੈਗਨੀਟੋ ਮੋਟਿਵ ਫੋਰਸ। ਇਲੈਕਟ੍ਰੀਕਲ ਸਰਕਟ ਸਾਡੇ ਕੋਲ EMF ਇੰਡਿਊਸ ਹੁੰਦੀ ਹੈ DC ਸਰਕਟ 'ਚ, ਔਰ ਜਦੋਂ ਅਸੀਂ ਮੈਗਨੈਟਿਕ ਸਰਕਟ ਦੀ ਗੱਲ ਕਰਦੇ ਹਾਂ ਤੇ ਮੈਗਨੈਟਿਕ ਸਰਕਟ ਦੇ ਵਿੱਚ ਸਾਡੇ ਕੋਲ ਕੀ ਪ੍ਰੋਡਿਊਸ ਹੁੰਦੀ ਹੈ? ਮੈਗਨੀਟੋ ਮੋਟਿਵ ਫੋਰਸ, ਜਿਹਨੂੰ ਅਸੀਂ ਕਹਿੰਦੇ MMF। ਔਰ ਇਹ ਕਿਸ ਦੇ ਬਰਾਬਰ ਆ ਜਾਏਗੀ? ਐਨ ਇੰਟੂ ਆਈ, ਐਨ ਇੰਟੂ ਆਈ। ਅਗਰ ਅਸੀਂ ਇਹਦੇ ਯੂਨਿਟ ਦੀ ਗੱਲ ਕਰੀਏ ਤੇ ਯੂਨਿਟ ਕੀ ਬਣ ਜਾਂਦਾ ਇਹਦਾ? ਅੰਪੀਅਰ, ਅੰਪੀਅਰ ਟਰਨਸ, ਅੰਪੀਅਰ ਟਰਨ ਜਿਹੜਾ ਉਹ ਇਸਦਾ ਯੂਨਿਟ ਬਣ ਜਾਂਦਾ ਹੈ ਮੈਗਨੀਟੋ ਮੋਟਿਵ ਫੋਰਸ ਦਾ। ਔਰ ਹੁਣ ਅਸੀਂ ਇਹਦਾ ਵਰਕਿੰਗ ਪ੍ਰਿੰਸੀਪਲ ਦੀ ਗੱਲ ਕਰਦੇ ਹਾਂ ਡਿਟੇਲ ਦੇ ਨਾਲ। ਜਦੋਂ ਅਸੀਂ ਇਹਨੂੰ AC ਸਪਲਾਈ ਦੇ ਨਾਲ ਕਨੈਕਟ ਕੀਤਾ ਤਾਂ ਇਸ ਦੇ ਵਿੱਚ ਕੀ ਹੋ ਗਿਆ? ਕਰੰਟ ਫਲੋ ਹੋਇਆ। ਕਰੰਟ ਫਲੋ ਹੋਣ ਦੇ ਨਾਲ ਇੱਕ ਕੋਇਲ ਦੇ ਵਿੱਚ ਇਸ ਤਰ੍ਹਾਂ ਕਰੰਟ ਫਲੋ ਹੋ ਗਿਆ। ਜਦੋਂ ਇਸ ਦੇ ਵਿੱਚ ਕਰੰਟ ਫਲੋ ਹੋਇਆ ਤਾਂ ਇਹ ਕੋਇਲ ਕੀ ਬਣ ਜਾਂਦੀ ਸਾਡੇ ਕੋਲ? ਮੈਗਨੈਟਿਕ ਪ੍ਰੋਪਰਟੀ ਜਿਹੜੀ ਆ ਪ੍ਰੋਡਿਊਸ ਕਰਦੀ ਹੈ। ਔਰ ਮੈਗਨੈਟਿਕ ਪ੍ਰੋਪਰਟੀ ਦੇ ਨਾਲ ਕੀ ਹੋ ਗਿਆ? ਸਾਡੇ ਕੋਲ ਫਲਕਸ ਜਿਹੜਾ ਉਹ ਪ੍ਰੋਡਿਊਸ ਹੁੰਦਾ ਹੈ। ਔਰ ਇਹ ਜਿਹੜਾ ਫਲਕਸ ਇਸ ਵਾਇੰਡਿੰਗ ਦੇ ਵਿੱਚ, ਜਿਹੜਾ ਫਲਕਸ ਪ੍ਰਾਇਮਰੀ ਵਾਇੰਡਿੰਗ ਦੇ ਵਿੱਚ ਫਲਕਸ ਪ੍ਰੋਡਿਊਸ ਹੁੰਦਾ ਹੈ, ਉਹ ਜਿਹੜਾ ਫਲਕਸ ਹੈ FM ਉਹ ਕਿਹਦੇ ਨਾਲ ਲਿੰਕ ਕਰ ਰਿਹਾ ਹੈ? ਸੈਕੰਡਰੀ ਵਾਇੰਡਿੰਗ ਦੇ ਨਾਲ। ਕਿਸ ਦੇ ਨਾਲ ਲਿੰਕ ਕਰ ਰਿਹਾ ਹੈ ਇਹ ਜਿਹੜਾ ਫਲਕਸ ਹੈ? ਇਹ ਕਿਸ ਦੇ ਨਾਲ ਲਿੰਕ ਕਰ ਰਿਹਾ? ਸੈਕੰਡਰੀ ਵਾਇੰਡਿੰਗ ਦੇ ਨਾਲ ਜਿਹੜਾ ਫਲਕਸ ਹੈ ਲਿੰਕ ਕਰ ਰਿਹਾ। ਜਦੋਂ ਫਲਕਸ ਸੈਕੰਡਰੀ ਵਾਇੰਡਿੰਗ ਦੇ ਨਾਲ ਲਿੰਕ ਕਰਦਾ ਹੈ ਤਾਂ ਇਸ ਦੇ ਵਿੱਚ ਕੀ ਹੁੰਦੀ ਹੈ? EMF ਜਿਹੜੀ ਹੈ ਉਹ ਇੰਡਿਊਸ ਹੁੰਦੀ ਹੈ, EMF ਇੰਡਿਊਸ ਹੁੰਦੀ ਹੈ। ਔਰ ਉਹ ਜਿਹੜੀ EMF ਹੈ ਉਹਨੂੰ ਅਸੀਂ ਕਹਿ ਦਿੰਦੇ ਹਾਂ E2, ਸੈਕੰਡਰੀ ਸਾਈਡ E2। ਔਰ ਉਸ ਤੋਂ ਬਾਅਦ ਇਹ ਫਲਕਸ ਆਪਣਾ ਸਰਕਟ ਕੰਪਲੀਟ ਕਰੇਗਾ, ਕਿਉਂਕਿ ਜਦੋਂ ਇਸ ਦੇ ਵਿੱਚ ਕਰੰਟ ਫਲੋ ਹੋਏਗਾ ਤਾਂ ਸਪੋਜ਼ ਕਰੋ ਇਹ ਅਗਰ ਨਾਰਥ ਪੋਲ ਹੈ, ਇਹ ਸਾਊਥ ਪੋਲ ਹੈ, ਤਾਂ ਫਲਕਸ ਜਿਹੜਾ ਇੱਧਰੋਂ ਫਲੋ ਕਰਕੇ ਆਪਣੇ ਸਰਕਟ ਨੂੰ ਜਿਹੜਾ ਉਹ ਕੰਪਲੀਟ ਕਰੇਗਾ, ਠੀਕ ਹੈ। ਔਰ ਜਦੋਂ ਸਰਕਟ ਨੂੰ ਕੰਪਲੀਟ ਕਰੇਗਾ ਤਾਂ ਫਿਰ ਉਹ ਕੀ ਕਰੇਗਾ? ਆਪਣੀ ਜਿਹੜੀ ਫਸਟ ਵਾਇੰਡਿੰਗ ਹੈ ਇਹਨੂੰ ਅਸੀਂ ਕਿ ਨੰਬਰ ਆਫ ਟਰਨ ਇਹਦੀ N1 ਕਹਿ ਦਿੰਦੇ ਹਾਂ, ਇਹਦੀ ਸੈਕੰਡਰੀ ਦੀ ਨੰਬਰ ਆਫ ਟਰਨ N2 ਕਹਿ ਦਿੰਦੇ ਹਾਂ। ਪ੍ਰਾਇਮਰੀ ਸਾਈਡ ਜਿਹੜੀ EMF ਇੰਡਿਊਸ ਹੋਣੀ ਹੈ ਉਹਨੂੰ ਅਸੀਂ E1 ਕਹਿ ਦਿੰਦੇ ਹਾਂ, ਇਹਨੂੰ ਅਸੀਂ ਕਹਿ ਦਿੱਤਾ E2। ਇਹ ਆ ਗਿਆ ਸਾਡੇ ਕੋਲ ਕਰੰਟ I1 ਪ੍ਰਾਇਮਰੀ ਸਾਈਡ, ਔਰ ਸੈਕੰਡਰੀ ਸਾਈਡ ਜਿਹੜਾ ਕਰੰਟ ਸਾਡੇ ਕੋਲ ਆ ਗਿਆ I2। ਇੱਧਰ ਜਿਹੜੀ ਵੋਲਟੇਜ ਹੈ ਉਹਨੂੰ ਅਸੀਂ V1 ਕਹਿ ਦਿੰਦੇ ਹਾਂ, ਇੱਧਰ ਜਿਹੜੀ ਕ੍ਰੋਸ ਇਹਦੇ ਵੋਲਟੇਜ ਆਏਗੀ ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ?
V2 ਕਹਿ ਦਿੰਦੇ ਆ, ਤਾਂ ਜਦੋਂ ਪ੍ਰਾਇਮਰੀ ਦੇ ਵਿੱਚ ਫਲਕਸ ਪ੍ਰੋਡਿਊਸ ਹੋਏਗਾ ਤਾਂ ਉਹ ਫਲਕਸ ਕੀ ਕਰਦਾ ਹੈ, ਲਿੰਕ ਕਰਦਾ ਹੈ ਸੈਕੰਡਰੀ ਵਾਇੰਡਿੰਗ ਦਾ, ਉਹਨੂੰ ਅਸੀਂ ਕਹਿ ਦਿੰਦੇ ਹਾਂ ਮਿਊਚਲ ਇੰਡਕਸ਼ਨ। ਕਿਉਂਕਿ ਅਗਰ ਦੇਖਿਆ ਜਾਏ ਇਹਨਾਂ ਵਿੱਚ ਪ੍ਰਾਇਮਰੀ ਵਾਇੰਡਿੰਗ ਤੇ ਸੈਕੰਡਰੀ ਵਾਇੰਡਿੰਗ ਵਿੱਚ ਕੋਈ ਇਲੈਕਟ੍ਰੀਕਲੀ ਕਨੈਕਸ਼ਨ ਕੋਈ ਨਹੀਂ ਹੈ ਇਹਨਾਂ 'ਚ, ਇਹਨਾਂ ਨੂੰ ਜਿਹੜਾ ਕਨੈਕਟ ਕਰ ਰਿਹਾ ਆਪਸ ਵਿੱਚ ਉਹ ਕੌਣ ਕਰ ਰਿਹਾ ਹੈ, ਫਲਕਸ। ਫਲਕਸ ਜਿਹੜਾ ਇੰਟਰਲਿੰਕ ਕਰ ਰਿਹਾ ਸੈਕੰਡਰੀ ਵਾਇੰਡਿੰਗ ਦੇ ਨਾਲ, ਤੋ ਸੈਕੰਡਰੀ ਵਾਇੰਡਿੰਗ ਨਾਲ ਲਿੰਕ ਕਰ ਰਿਹਾ, ਤੇ ਇਸ ਕਰਕੇ ਇਹਨੂੰ ਅਸੀਂ ਕਹਿ ਦਿੰਦੇ ਆ ਮਿਊਚੁਅਲ ਇੰਡਕਸ਼ਨ। ਇਹਦੇ ਵਿੱਚ ਮਿਊਚੁਅਲ ਇੰਡਕਸ਼ਨ ਜਿਹੜੀ ਇਹ ਹੁੰਦੀ ਹੈ, ਮਿਊਚੁਅਲ ਇੰਡਕਸ਼ਨ ਦੇ ਨਾਲ EMF ਜਿਹੜੀ ਹੈ ਇੰਡਿਊਸ ਹੁੰਦੀ ਹੈ, ਉਸ ਤੋਂ ਬਾਅਦ ਇਹ ਜਿਹੜਾ ਫਲਕਸ ਹੈ ਆਪਣਾ ਉਹ ਸਰਕਟ ਜਿਹੜਾ ਉਹ ਕੰਪਲੀਟ ਕਰਦਾ, ਉਹ ਫਿਰ ਇੱਧਰ ਆ ਜਾਏਗਾ ਸਾਡੇ ਕੋਲ ਪ੍ਰਾਇਮਰੀ ਟਰਨ ਦੇ ਵਿੱਚ, ਤਾਂ ਇਸ ਦੇ ਵਿੱਚ ਜਿਹੜੀ EMF ਇੰਡਿਊਸ ਕਰੇਗਾ ਉਹ ਕਰੇਗਾ E1। ਹੁਣ ਇਹਦੇ ਵਿੱਚ ਆ ਜਾਂਦਾ ਹੈ ਕਿ ਸੈਲਫ ਇੰਡਕਸ਼ਨ ਤੇ ਮਿਊਚੁਅਲ ਇੰਡਕਸ਼ਨ। ਅਗਰ ਅਸੀਂ ਇੱਥੇ E1 ਦੀ ਗੱਲ ਕਰੀਏ, E1 ਦੇ ਵਿੱਚ ਜਿਹੜੀ EMF ਸਾਡੇ ਕੋਲ ਇੰਡਿਊਸ ਹੋ ਜਾਣੀ ਹੈ ਉਹ ਆ ਜਾਏਗੀ N1। N1 ਕੀ ਹੈ ਇੱਥੇ, N ਨੰਬਰ ਆਫ ਟਰਨ, N1 ਨਾਲ ਕੀ ਆ ਜਾਏਗਾ ਰੇਟ ਆਫ ਚੇਂਜ ਆਫ ਫਲਕਸ, ਰੇਟ ਆਫ ਚੇਂਜ ਆਫ ਫਲਕਸ, ਰੇਟ ਆਫ ਚੇਂਜ ਆਫ ਫਲਕਸ E1 EMF ਇੰਡਿਊਸ ਹੋ ਗਈ। ਸੋ ਇਹ ਜਿਹੜੀ EMF ਇੰਡਿਊਸ ਹੋਣੀ ਹੈ ਉਹਨੂੰ ਅਸੀਂ ਕੀ ਕਹਾਂਗੇ, ਉਹਨੂੰ ਅਸੀਂ ਕਹਾਂਗੇ ਸੈਲਫ ਇੰਡਕਸ਼ਨ। ਇਸ ਦੇ ਵਿੱਚ ਅਗਰ ਪ੍ਰਾਇਮਰੀ ਵਾਇੰਡਿੰਗ ਦੀ ਗੱਲ ਕਰੀਏ ਤੇ ਪ੍ਰਾਇਮਰੀ ਵਿੱਚ ਕੀ ਹੋ ਰਹੀ ਹੈ, ਸੈਲਫ ਇੰਡਕਸ਼ਨ। ਤੋ ਅਗਰ ਅਸੀਂ ਇੱਧਰ E2 ਦੀ ਗੱਲ ਕਰੀਏ ਸੈਕੰਡਰੀ ਸਾਈਡ, ਤਾਂ E2 ਦੇ ਵਿੱਚ ਜਿਹੜੀ EMF ਇੰਡਿਊਸ ਹੋਣੀ ਹੈ ਉਹ ਕਿਹਦੇ ਡਾਇਰੈਕਟਲੀ ਪ੍ਰੋਪੋਰਸ਼ਨ ਆ ਜਾਏਗੀ N2। N2 ਯਾਨੀ ਕਿ ਨੰਬਰ ਆਫ ਟਰਨ, ਤੇ ਨਾਲ ਕੀ ਆ ਗਿਆ ਰੇਟ ਆਫ ਚੇਂਜ ਆਫ ਫਲਕਸ। ਇਹ ਜਿਹੜਾ ਫਲਕਸ ਹੈ E2 ਦੇ ਵਿੱਚ ਇਹਨੂੰ ਅਸੀਂ ਕਹਾਂਗੇ ਮਿਊਚੁਅਲ ਇੰਡਕਸ਼ਨ। ਇਹਨੂੰ ਅਸੀਂ ਕੀ ਕਹਿੰਦੇ ਹਾਂ, ਇਸ ਕੇਸ ਵਿੱਚ ਕੀ ਹੁੰਦਾ ਹੈ ਮਿਊਚੁਅਲ ਇੰਡਕਸ਼ਨ। ਔਰ E1 ਦੇ ਕੇਸ ਵਿੱਚ ਕਈ ਵਾਰ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛ ਲਿਆ ਕਿ E1 ਦੇ ਕੇਸ ਵਿੱਚ ਜਿਹੜੀ EMF ਇੰਡਿਊਸ ਹੁੰਦੀ ਹੈ ਸਾਡੇ ਕੋਲ ਆ ਜਾਂਦੇ ਆ ਸੈਲਫ ਇੰਡਕਸ਼ਨ, ਔਰ ਇਸ ਕੇਸ ਵਿੱਚ ਸਾਡੇ ਕੋਲ ਕੀ ਆ ਜਾਂਦਾ ਹੈ ਮਿਊਚੁਅਲ ਇੰਡਕਸ਼ਨ। ਉਸ ਤੋਂ ਬਾਅਦ ਆ ਗਿਆ ਕਿ ਲੈਂਸ ਲਾ, ਏਸੀ ਮਸ਼ੀਨ ਦੇ ਵਿੱਚ ਅਸੀਂ ਲੈਂਸ ਲਾ ਜਿਹੜਾ ਯੂਜ਼ ਕਰਦੇ ਹਾਂ, ਜਿਸ ਦਾ ਮੀਨਿੰਗ ਹੁੰਦਾ ਹੈ ਰਿਜ਼ਲਟੈਂਟ ਅਪੋਜ਼ ਇਟਸ ਕੌਜ਼।
ਕਿ ਜਿਹੜਾ ਸਾਡੇ ਕੋਲ ਰਿਜ਼ਲਟੈਂਟ ਨਿਕਲਦਾ ਹੈ, ਮਤਲਬ ਜਿਹੜਾ ਸਾਡੇ ਕੋਲ ਕੋਈ ਵੀ ਅਸੀਂ ਕੰਮ ਕਰਦੇ ਹਾਂ ਉਹਦਾ ਜਿਹੜਾ ਸਾਡੇ ਕੋਲ ਰਿਜ਼ਲਟ ਨਿਕਲਦਾ ਹੈ, ਉਹ ਕੀ ਕਰਦਾ ਹੈ, ਉਸ ਕੰਮ ਨੂੰ ਕੀ ਕਰਦਾ ਹੈ, ਅਪੋਜ਼ ਕਰਦਾ ਹੈ। ਰਿਜ਼ਲਟੈਂਟ ਅਪੋਜ਼ ਇਟਸ ਕੌਜ਼। ਜਿਸ ਤਰ੍ਹਾਂ ਹੁਣ ਅਸੀਂ ਅਗਰ ਟ੍ਰਾਂਸਫਾਰਮਰ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜਿਹੜਾ ਸਾਡੇ ਕੋਲ ਰਿਜ਼ਲਟੈਂਟ ਹੈ ਕੀ ਆਇਆ ਹੈ, ਇਸ ਦੇ ਵਿੱਚ ਜਿਹੜਾ ਸਾਡੇ ਕੋਲ ਰਿਜ਼ਲਟੈਂਟ ਹੈ ਉਹ ਕੀ ਆ ਗਿਆ ਸਾਡੇ ਕੋਲ, EM(E1) ਤੇ E2, ਇਹ ਸਾਡੇ ਕੋਲ ਕੀ ਆ ਗਿਆ, ਰਿਜ਼ਲਟੈਂਟ। ਤੇ ਕੌਜ਼, ਇਹ ਰਿਜ਼ਲਟੈਂਟ ਕਿਹਨੇ ਪ੍ਰੋਡਿਊਸ ਕੀਤੀ ਹੈ, ਵੋਲਟੇਜ ਨੇ। ਕਿਉਂਕਿ ਜਦੋਂ ਅਸੀਂ ਪ੍ਰਾਇਮਰੀ ਵਾਇੰਡਿੰਗ ਨੂੰ ਵੋਲਟੇਜ ਦੇ ਕ੍ਰੋਸ ਕਨੈਕਟ ਕੀਤਾ ਤਾਂ ਉਸ ਦੇ ਵਿੱਚ ਕਰੰਟ ਫਲੋ ਹੋਇਆ, ਕਰੰਟ ਫਲੋ ਹੋਣ ਦੇ ਨਾਲ ਕੀ ਹੋ ਗਿਆ, ਸਟੈਟਿਕਲੀ ਇੰਡਿਊਸਡ EMF, ਮਿਊਚੁਅਲ ਇੰਡਕਸ਼ਨ EMF ਜਿਹੜੀ ਹੈ ਉਹ ਪ੍ਰੋਡਿਊਸ ਹੋਈ, ਉਸ ਦੇ ਨਾਲ ਕੀ ਹੋ ਗਿਆ ਕਿ ਇਹ ਜਿਹੜੀ ਇੰਡਿਊਸਡ EMF ਹੈ ਇਹ ਕੀ ਕਰਦੀ ਹੈ, ਵੋਲਟੇਜ ਦਾ ਕੀ ਕਰਦੀ ਹੈ, ਅਪੋਜ਼ ਕਰਦੀ ਹੈ, ਵੋਲਟੇਜ ਨੂੰ ਕੀ ਕਰਦੀ ਹੈ, ਅਪੋਜ਼ ਕਰਦੀ ਹੈ, ਯਾਨੀ ਕਿ ਰਿਜ਼ਲਟੈਂਟ ਅਪੋਜ਼ਿਸ ਇਟਸ ਕੌਜ਼। ਰਿਜ਼ਲਟੈਂਟ ਅਪੋਜ਼ਿਸ ਟੂ ਇਟਸ ਕੌਜ਼, ਹੈ ਨਾ, ਯਾਨੀ ਕਿ ਜਿਹੜਾ ਵੀ ਸਾਡੇ ਕੋਲ ਜਿਹੜਾ ਰਿਜ਼ਲਟ ਨਿਕਲਦਾ ਹੈ ਉਹਨੂੰ ਕਹਿੰਦੇ ਆ ਰਿਜ਼ਲਟੈਂਟ। ਠੀਕ ਹੈ, ਜਦੋਂ ਅਸੀਂ ਪ੍ਰਾਇਮਰੀ ਵਾਇੰਡਿੰਗ ਨੂੰ ਵੋਲਟੇਜ ਸੋਰਸ ਨਾਲ ਕਨੈਕਟ ਕੀਤਾ, ਉਸ ਦੇ ਵਿੱਚ ਕਰੰਟ ਫਲੋ ਹੋਇਆ, ਤਾਂ ਸਾਡੇ ਕੋਲ ਕੀ ਹੋ ਗਿਆ, EMF ਜਿਹੜੀ ਹੈ ਇੰਡਿਊਸ ਹੋਈ, ਪ੍ਰਾਇਮਰੀ ਵਿੱਚ E1 ਹੋਈ, ਸੈਕੰਡਰੀ ਦੇ ਵਿੱਚ E2 ਹੋਈ। ਇਹ ਜਿਹੜੀ EMF ਹੈ ਇਹ ਕੀ ਕਰਦੀ ਹੈ, ਅਪਲਾਈਡ ਵੋਲਟੇਜ ਦਾ ਅਪੋਜ਼ ਕਰਦੀ ਹੈ, ਅਪਲਾਈਡ ਵੋਲਟੇਜ ਦਾ ਕੀ ਕਰਦੀ ਹੈ, ਅਪੋਜ਼ ਕਰਦੀ ਹੈ। ਅਗਰ ਇਹਦੀ ਅਸੀਂ ਵੈਕਟਰ ਡਾਇਗਰਾਮ ਦੇ ਰਾਹੀਂ ਬਣਾਉਣਾ ਹੋਵੇ, ਇਹਨੂੰ ਅਸੀਂ ਇਸ ਤਰ੍ਹਾਂ ਬਣਾਉਂਦੇ ਹਾਂ, ਇਹ ਆ ਗਈ ਸਾਡੇ ਕੋਲ ਵੋਲਟੇਜ, ਵੋਲਟੇਜ ਅਗਰ ਇਸ ਡਾਇਰੈਕਸ਼ਨ ਦੇ ਵਿੱਚ ਹੈ ਤਾਂ ਜਿਹੜੀ EMF ਹੈ ਉਹ ਆਪੋਜ਼ਿਟ ਡਾਇਰੈਕਸ਼ਨ 'ਚ ਹੋਏਗੀ। ਮੈਂ ਇਹ ਆ ਗਿਆ ਸਾਡੇ ਕੋਲ E1 ਤੇ E2, ਤੋ ਇਹਨਾਂ ਵਿੱਚ ਜਿਹੜਾ ਐਂਗਲ ਆ ਉਹ ਕਿੰਨਾ ਆ ਜਾਏਗਾ, 90 ਡਿਗਰੀ, ਇੱਥੇ ਲਿਖ ਦਿੰਦਾ IM। ਉਸ ਤੋਂ ਬਾਅਦ ਇਹ ਸਾਡਾ ਆ ਗਿਆ ਵਰਕਿੰਗ ਪ੍ਰਿੰਸੀਪਲ। ਇਹਦੇ ਵਿੱਚ ਇੱਕ ਚੀਜ਼ ਇਹ ਵੀ ਹੈ ਕਿ ਇਹ 'ਚ ਜਿੱਥੇ ਅਸੀਂ ਲੈਂਸ ਲਾ ਲਿਖਿਆ, ਜਦੋਂ ਅਸੀਂ ਇਹਦੇ ਵਿੱਚ ਇਹ ਚੀਜ਼ ਕਰਦੇ ਹਾਂ ਕਿ ਜਿਹੜੀ EMF ਹੈ ਉਹ ਡਾਇਰੈਕਟਲੀ ਪ੍ਰਪੋਰਸ਼ਨ ਹੁੰਦੀ ਹੈ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ 'ਚ, ਕਿ N ਇੰਟੂ ਰੇਟ ਆਫ ਚੇਂਜ ਆਫ ਫਲਕਸ। ਜਦੋਂ ਅਸੀਂ ਇਹਨੂੰ ਇਜ਼ ਇਕਲ ਟੂ ਕਰਦੇ ਹਾਂ, ਸਾਡੇ ਕੋਲ ਇੱਥੇ ਮਾਈਨਸ ਦਾ ਸਾਈਨ ਆ ਜਾਂਦਾ ਹੈ, ਰੇਟ ਆਫ ਚੇਂਜ ਆਫ ਫਲਕਸ। ਇਹ ਜਿਹੜਾ ਮਾਈਨਸ ਦਾ ਸਾਈਨ ਹੈ ਉਹ ਕਿਸ ਦੇ ਕਾਰਨ ਆਉਂਦਾ ਹੈ, ਲੈਂਸ ਲਾ ਦੇ ਨਾਲ, ਲੈਂਸ ਲਾ ਦੇ ਨਾਲ ਜਿਹੜਾ ਆ ਜਾਂਦਾ ਸਾਡੇ ਕੋਲ ਲੈਂਸ ਲਾ। ਇਹ ਜਿਹੜਾ ਨੈਗੇਟਿਵ ਸਾਈਨ ਹੈ ਇਹ ਸ਼ੋ ਕਰਦਾ ਹੈ ਕਿ ਜਿਹੜੀ EMF ਇੰਡਿਊਸ ਹੁੰਦੀ ਹੈ ਉਹ ਵੋਲਟੇਜ ਦਾ ਕੀ ਕਰਦੀ ਹੈ, ਅਪੋਜ਼ ਕਰਦੀ ਹੈ, ਵੋਲਟੇਜ ਦਾ ਕੀ ਕਰਦੀ ਹੈ, ਅਪੋਜ਼ ਕਰਦੀ ਹੈ। ਤੇ ਇਹਨੂੰ ਅਸੀਂ ਇਸ ਲਾਈਨ ਦੇ ਨਾਲ ਹੀ ਯਾਦ ਰੱਖਣਾ ਕਿ ਰਿਜ਼ਲਟੈਂਟ ਅਪੋਜ਼ਿਸ ਇਟਸ
ਕੌਜ਼, ਜਿਹੜਾ ਰਿਜ਼ਲਟੈਂਟ ਨਿਕਲਦਾ ਹੈ, ਉਹ ਜਿਹਦੇ ਨਾਲ ਉਹ ਕੰਮ ਹੋਇਆ, ਜਿਹਦੇ ਨਾਲ ਉਹ ਰਿਜ਼ਲਟ ਬਣਿਆ, ਉਹ ਜਿਹੜਾ ਰਿਜ਼ਲਟੈਂਟ ਹੈ ਉਸਨੂੰ ਅਪੋਜ਼ ਕਰਦਾ ਹੈ। ਉਸ ਤੋਂ ਬਾਅਦ ਸਾਡੇ ਕੋਲ ਇੱਥੇ ਆ ਜਾਏਗਾ ਕਿ ਜਿਹੜੀ ਸਾਡੇ ਕੋਲ ਈਵਨ ਪ੍ਰਾਇਮਰੀ ਸਾਈਡ ਜਿਹੜੀ ਸਾਡੇ ਕੋਲ EMF ਇੰਡਿਊਸ ਹੁੰਦੀ ਹੈ, ਪ੍ਰਾਇਮਰੀ ਸਾਈਡ ਜਿਹੜੀ ਸਾਡੇ ਕੋਲ EMF ਇੰਡਿਊਸ, ਕਿ ਪ੍ਰਾਇਮਰੀ ਸਾਈਡ ਜਿਹੜੀ EMF ਇੰਡਿਊਸ ਹੁੰਦੀ ਹੈ ਉਹਨੂੰ E1 ਦੇ ਨਾਲ ਡੀਨੋਟ ਕਰਦੇ ਹਾਂ। ਇਹਦੀ ਜਿਹੜੀ EMF ਇਕੁਏਸ਼ਨ ਇੱਥੇ ਅਸੀਂ ਲਿਖ ਲੈਂਦੇ ਹਾਂ, ਪਹਿਲਾਂ ਤੁਸੀਂ ਹੈਡਿੰਗ ਇਹਦਾ ਨੋਟ ਕਰ ਲਓ, ਇੱਥੇ ਅਸੀਂ ਲਿਖਾਂਗੇ EMF ਇਕੁਏਸ਼ਨ, ਕੀ ਕਰਾਂਗੇ EMF ਇਕੁਏਸ਼ਨ ਆਫ ਟ੍ਰਾਂਸਫਾਰਮਰ। ਟ੍ਰਾਂਸਫਾਰਮਰ ਦੀ ਜਿਹੜੀ EMF ਇਕੁਏਸ਼ਨ ਹੈ ਉਹ ਕੀ ਹੁੰਦੀ ਹੈ, ਪ੍ਰਾਇਮਰੀ ਸਾਈਡ ਜਿਹੜੀ EMF ਇੰਡਿਊਸ ਹੁੰਦੀ ਹੈ ਉਹ ਆ ਜਾਂਦੀ ਸਾਡੇ ਕੋਲ 4.44 N1। N1 ਕੀ ਆ ਗਿਆ, ਨੰਬਰ ਆਫ ਟਰਨ ਇਨ ਪ੍ਰਾਇਮਰੀ, ਮੈਕਸੀਮਮ ਫਲਕਸ, ਨਾਲ ਕੀ ਆ ਗਿਆ ਫ੍ਰੀਕੁਐਂਸੀ, ਨਾਲ ਕੀ ਆ ਗਿਆ ਫ੍ਰੀਕੁਐਂਸੀ। ਔਰ ਸੈਕੰਡਰੀ ਸਾਈਡ, ਸੈਕੰਡਰੀ ਸਾਈਡ ਜਿਹੜੀ ਸਾਡੇ ਕੋਲ EMF ਇੰਡਿਊਸ ਹੁੰਦੀ ਹੈ 4.44 N2, ਮੈਕਸੀਮਮ ਫਲਕਸ ਤੇ ਫ੍ਰੀਕੁਐਂਸੀ। ਹੁਣ ਇਹ ਇਕੁਏਸ਼ਨ ਨੂੰ ਬਣਾਉਣ ਵਾਸਤੇ ਸਾਨੂੰ ਡੈਰੀਵੇਸ਼ਨ ਕਰਨੀ ਪੈਂਦੀ ਹੈ, ਲੇਕਿਨ ਸਾਨੂੰ ਡੈਰੀਵੇਸ਼ਨ ਕਰਨ ਦੀ ਲੋੜ ਨਹੀਂ ਹੈ, ਸਿਰਫ ਅਸੀਂ ਇਕੁਏਸ਼ਨ ਯਾਦ ਰੱਖਣੀ ਹੈ ਕਿ EMF ਜਿਹੜੀ ਪ੍ਰਾਇਮਰੀ ਸਾਈਡ ਜਿਹੜੀ ਸਾਡੇ ਕੋਲ EMF ਇੰਡਿਊਸ ਹੁੰਦੀ ਹੈ E1, ਇਹ ਆ ਗਿਆ 4.44 N1, N1 ਆ ਗਿਆ ਸਾਡੇ ਕੋਲ ਨੰਬਰ ਆਫ ਟਰਨ ਇਨ ਪ੍ਰਾਇਮਰੀ, F ਆ ਗਿਆ ਸਾਡੇ ਕੋਲ ਮੈਕਸੀਮਮ ਫਲਕਸ, ਠੀਕ ਹੈ, ਇਹ ਆ ਗਿਆ ਸਾਡੇ ਕੋਲ ਮੈਕਸੀਮਮ ਫਲਕਸ, ਤੇ ਨਾਲ ਕੀ ਆ ਗਿਆ ਸਾਡੇ ਕੋਲ ਫ੍ਰੀਕੁਐਂਸੀ। ਔਰ ਸੈਕੰਡਰੀ ਦੇ ਵਿੱਚ ਆ ਗਿਆ ਸਾਡੇ ਕੋਲ ਸੇਮ ਹੀ ਚੀਜ਼ ਆ ਗਈ, ਸਿਰਫ ਨੰਬਰ ਆਫ ਟਰਨ ਦਾ ਫਰਕ ਹੈ, ਨੰਬਰ ਆਫ ਟਰਨ ਕੀ ਆ ਗਿਆ N2। ਹੁਣ ਅਗਰ ਇਹਨੂੰ ਅਸੀਂ ਰੇਸ਼ੋ ਦੇ ਵਿੱਚ ਲਈਏ ਕਿ ਅਗਰ E1 ਤੇ E2, ਹੁਣ E1 4.44 N1 F ਮੈਕਸੀਮਮ ਫਲਕਸ ਤੇ F ਆ ਗਿਆ, ਔਰ ਨੀਚੇ ਆ ਜਾਏਗਾ 4.44 N2 ਮੈਕਸੀਮਮ ਫਲਕਸ ਤੇ N। ਇੱਕ ਤਾਂ ਸਾਨੂੰ ਇਕੁਏਸ਼ਨ ਪਤਾ ਹੋਣੀ ਚਾਹੀਦੀ ਹੈ, ਇਕੁਏਸ਼ਨ ਕਿਹੜੀ ਹੈ ਕਿ 4.44 ਅਗਰ ਪ੍ਰਾਇਮਰੀ ਵਿੱਚ ਹੈ ਤੇ N1 ਆ ਜਾਏਗਾ, ਸੈਕੰਡਰੀ ਦੇ ਵਿੱਚ ਅਗਰ ਆ ਰਿਹਾ ਹੈ ਤਾਂ ਸਾਡੇ ਕੋਲ ਕੀ ਆ ਜਾਏਗਾ N2 ਆ ਜਾਏਗਾ। ਜਦੋਂ ਅਸੀਂ ਇਹਦੀ ਰੇਸ਼ੋ ਲੈਂਦੇ ਹਾਂ ਪ੍ਰਾਇਮਰੀ ਟੂ ਸੈਕੰਡਰੀ, ਤਾਂ ਇਸ ਦੇ ਵਿੱਚ ਦੇਖੋ ਹੈ ਸੇਮ ਕੈਂਸਲ ਹੋ ਜਾਣਾ, ਫਲਕਸ ਕੈਂਸਲ ਹੋ ਗਿਆ,
ਫ੍ਰੀਕੁਐਂਸੀ ਜਿਹੜੀ ਹੈ ਕੈਂਸਲ ਹੋ ਗਈ, ਸਾਡੇ ਕੋਲ ਕੀ ਆ ਗਿਆ ਐਨ ਵਨ ਅਤੇ ਐਨ ਟੂ, ਕੀ ਆ ਗਿਆ ਸਾਡੇ ਕੋਲ ਐਨ ਵਨ ਅਤੇ ਐਨ ਟੂ, ਜਿਹਨੂੰ ਅਸੀਂ ਇਸ ਤਰ੍ਹਾਂ ਲਿਖ ਸਕਦੇ ਹਾਂ ਈ ਵਨ ਈ ਟੂ ਇਜ ਇਕਲ ਟੂ, ਇੱਥੇ ਐਨ ਵਨ ਆਏਗਾ, ਇਹ ਆ ਜਾਏਗਾ ਸਾਡੇ ਕੋਲ ਐਨ ਵਨ ਅਤੇ ਐਨ ਟੂ, ਤਾਂ ਇੱਥੇ ਆ ਜਾਂਦਾ ਸਾਡੇ ਕੋਲ ਆਈ ਟੂ ਅਤੇ ਆਈ ਵਨ। ਦੇਖੋ ਜਿਹੜੀ ਈ ਐਮ ਐਫ ਹੈ ਉਹ ਡਾਇਰੈਕਟਲੀ ਪ੍ਰਪੋਰਸ਼ਨ ਹੋਣੀ ਹੈ ਐਨ ਵਨ ਦੇ ਨੰਬਰ ਆਫ ਟਰਨ ਦੇ। ਸਕੈਂਡੀ ਵਿੱਚ ਜਿਹੜੀ ਈ ਐਮ ਐਫ ਇੰਡਿਊਸ ਹੋਣੀ ਹੈ ਡਾਇਰੈਕਟਲੀ ਪ੍ਰਪੋਰਸ਼ਨ ਹੋਣੀ ਹੈ ਈ ਟੂ ਦੇ। ਅਗਰ ਨੰਬਰ ਆਫ ਟਰਨ ਜ਼ਿਆਦਾ ਸਾਡੇ ਕੋਲ ਈ ਟੂ ਜ਼ਿਆਦਾ ਹੋਏਗਾ, ਅਗਰ ਨੰਬਰ ਆਫ ਟਰਨ ਸਾਡੇ ਕੋਲ ਘੱਟ ਹੈ ਤਾਂ ਈ ਟੂ ਦੀ ਵੈਲਿਊ ਵੀ ਘੱਟ ਹੋਏਗੀ। ਔਰ ਜਿਹੜਾ ਕਰੰਟ ਹੈ ਉਹ ਕੀ ਹੋਏਗਾ ਇਨਵਰਸਲੀ ਪ੍ਰਪੋਰਸ਼ਨਲ। ਇਹ ਅਸੀਂ ਕੱਲ੍ਹ ਦੀ ਕਲਾਸ ਵਿੱਚ ਇੱਕ ਐਗਜ਼ਾਮਪਲ ਦੇ ਨਾਲ ਕੀਤਾ ਸੀ ਇਹ ਕੁਸ਼ਚਨ ਪੁਆਇੰਟ। ਇੱਕ ਅਸੀਂ ਐਗਜ਼ਾਮਪਲ ਲਈ ਸੀ ਕਿ ਜਦੋਂ ਟਰਾਂਸਫਾਰਮਰ ਦੇ ਵਿੱਚ ਅਸੀਂ ਇੱਕ ਐਗਜ਼ਾਮਪਲ ਲਈ ਕਿ ਟਰਾਂਸਫਾਰਮਰ ਜਿਹੜੀ ਪਾਵਰ ਹੈ ਉਹ ਕਿਹਦੇ ਬਰਾਬਰ ਸੀ ਵੀ ਆਈ ਦੇ, ਵੀ ਆਈ ਵੋਲਟੇਜ ਇੰਟੂ ਕਰੰਟ। ਇਹਦੇ ਵਿੱਚ ਅਗਰ ਅਸੀਂ ਪਾਵਰ 24 ਲਈ ਸੀ ਅਤੇ ਐਗਜ਼ਾਮਪਲ ਕੀਤੀ ਕਿ ਅਗਰ 24 ਅਤੇ ਵੋਲਟੇਜ ਸਾਡੇ ਕੋਲ ਸਪੋਜ਼ ਕਰੋ ਅਗਰ ਅਸੀਂ ਲੈ ਲੈਂਦੇ ਹਾਂ 6 ਤਾਂ ਕਰੰਟ ਕਿੰਨਾ ਆ ਗਿਆ 4, ਯਾਨੀ ਕਿ ਇਹਨੂੰ ਲੈ ਲਿਆ V1, ਇਹਨੂੰ ਕੀ ਕੀਤਾ V1 ਅਤੇ I1, ਯਾਨੀ ਕਿ ਅਗਰ ਪ੍ਰਾਇਮਰੀ ਸਾਈਡ ਵੋਲਟੇਜ ਇੰਨੀ ਹੈ ਅਤੇ ਕਰੰਟ ਇੰਨਾ, ਇਹ ਵੀ ਆ ਗਿਆ ਸਾਡੇ ਕੋਲ I1, ਤਾਂ ਪਾਵਰ ਤਾਂ ਜਿਹੜੀ ਹੈ ਉਹ 24 ਇਸਦੇ ਬਰਾਬਰ ਹੋ ਜਾਏਗੀ। ਲੇਕਿਨ ਅਗਰ ਅਸੀਂ ਸੈਕੰਡਰੀ ਦੀ ਗੱਲ ਕਰਾਂਗੇ ਤਾਂ ਸੈਕੰਡਰੀ ਵਿੱਚ ਵੀ ਕੀ ਹੋਣਾ, ਪਾਵਰ ਤਾਂ ਸੇਮ ਹੀ ਹੋਣੀ ਹੈ, ਪਾਵਰ ਵਿੱਚ ਕੋਈ ਫਰਕ ਨਹੀਂ ਆਉਣਾ। ਸੈਕੰਡਰੀ ਵਿੱਚ ਅਸੀਂ ਕਰ ਦਾਂਗੇ V2 ਅਤੇ I2 ਔਨ ਇਸਦੇ ਵਿੱਚ 24। ਇਸਦੇ ਵਿੱਚ ਕੀ ਹੋ ਗਿਆ, ਸੈਕੰਡਰੀ ਵਿੱਚ ਅਗਰ ਅਸੀਂ ਕੇਸ ਲੈ ਲੈਂਦੇ ਹਾਂ ਕਿ ਸਾਡੇ ਕੋਲ ਸਟੈਪ ਅਪ ਟਰਾਂਸਫਾਰਮਰ ਹੈ, ਕਿਹੜਾ ਟਰਾਂਸਫਾਰਮਰ ਹੈ, ਸਟੈਪ ਅਪ ਦੀ ਕੰਡੀਸ਼ਨ ਇਹ ਹੋਏਗੀ, ਯਾਨੀ ਕਿ ਪ੍ਰਾਇਮਰੀ ਸਾਈਡ ਵੋਲਟੇਜ ਜਿਹੜੀ ਜ਼ਿਆਦਾ ਹੋਏਗੀ। ਅਗਰ ਅਸੀਂ ਪ੍ਰਾਇਮਰੀ ਸਾਈਡ ਜਿਹੜੀ ਵੋਲਟੇਜ ਹੈ ਅਸੀਂ ਇਸਦਾ ਡਬਲ ਲੈ ਲੈਣੇ, ਯਾਨੀ ਕਿ ਵੋਲਟੇਜ ਲੈ ਲਈ ਅਸੀਂ ਜ਼ਿਆਦਾ, ਤਾਂ ਇਸ ਕੇਸ ਵਿੱਚ ਕਰੰਟ ਕੀ ਹੋਏਗਾ 24 ਬਣਾਉਣਾ, ਤਾਂ ਕਰੰਟ ਕਿੰਨਾ ਹੋਏਗਾ 2, ਕਰੰਟ ਕਿੰਨਾ ਹੋਏਗਾ 2। ਹੁਣ ਕਹਿਣ ਦਾ ਮਤਲਬ ਹੈ ਕਿ ਅਗਰ ਇਸ ਕੇਸ ਵਿੱਚ ਸਾਡੇ ਕੋਲ ਵੋਲਟੇਜ ਜ਼ਿਆਦਾ ਤਾਂ ਕਰੰਟ ਕੀ ਹੋ ਗਿਆ ਘੱਟ, ਲੇਕਿਨ ਪਾਵਰ ਸੇਮ ਰਹਿਣੀ ਹੈ, ਲੇਕਿਨ ਵੋਲਟੇਜ ਜ਼ਿਆਦਾ ਕਰੰਟ ਘੱਟ। ਇਸ ਕੇਸ ਦੇ ਵਿੱਚ ਇਹਦੇ ਨਾਲ ਕੰਪੇਅਰ ਕਰੀਏ ਤਾਂ ਇੱਥੇ ਵੋਲਟੇਜ ਘੱਟ ਸੀ ਤਾਂ ਕਰੰਟ ਕੀ ਹੋ ਗਿਆ ਜ਼ਿਆਦਾ। ਤੋ ਜਿਹੜਾ ਕਰੰਟ ਹੈ ਉਹ ਇਨਵਰਸਲੀ ਪ੍ਰਪੋਰਸ਼ਨਲ ਹੁੰਦਾ। ਤੋ ਇਹ ਆ ਜਾਂਦੀ ਸਾਡੇ ਕੋਲ ਈ ਐਮ ਐਫ ਇਕੁਏਸ਼ਨ ਦੇ ਵਿੱਚੋਂ, ਇਹ ਸਾਡੇ ਕੋਲ ਨਿਕਲ ਕੇ ਆ ਜਾਂਦੀ ਰੇਸ਼ੋ। ਤੇ ਇਸ ਰੇਸ਼ੋ ਨੂੰ ਅੱਗੇ ਅਸੀਂ ਕਿਸ ਦੇ ਇਕੁਅਲ ਕਰ ਦਿੰਦੇ ਹਾਂ, 1/k ਨੂੰ ਕਿਹਦੇ ਇਕੁਅਲ ਕਰਦੇ ਹਾਂ, 1/k, ਤੇ ਕੇ ਨੂੰ ਅਸੀਂ ਕਹਿੰਦੇ ਹਾਂ ਟਰਾਂਸਫਾਰਮੇਸ਼ਨ ਰੇਸ਼ੋ, ਇਹਨੂੰ ਅਸੀਂ ਕਹਿੰਦੇ ਜੀ ਟਰਾਂਸਫਾਰਮੇਸ਼ਨ ਰੇਸ਼ੋ। ਤੋ ਜਿਹੜੀ ਟਰਾਂਸਫਾਰਮੇਸ਼ਨ ਜਿਹੜੀ ਰੇਸ਼ੋ ਹੈ ਉਹ ਕਿਹਦੇ ਨਾਲ ਡਿਨੋਟ ਕਰਦੇ ਹਾਂ, ਕੇ ਦੇ ਨਾਲ ਜਿਹੜਾ ਅਸੀਂ ਡਿਨੋਟ ਕਰਦੇ ਹਾਂ ਟਰਾਂਸਫਾਰਮੇਸ਼ਨ ਰੇਸ਼ੋ ਦੀ। ਔਰ ਨੂਮੈਰੀਕਲ ਦੇ ਵਿੱਚ ਕਾਫੀ ਜਿਹੜੀ ਇਕੁਏਸ਼ਨ ਜਿਹੜੀ ਹੈ ਉਹ ਯੂਜ ਹੁੰਦੀ ਹੈ, ਜਦੋਂ ਅਸੀਂ ਨੂਮੈਰੀਕਲ ਕਰਨਾ ਹੁੰਦਾ ਤਾਂ
ਉਸ ਦੇ ਵਿੱਚ ਅਸੀਂ ਇਹ ਟ੍ਰਾਂਸਫਾਰਮੇਸ਼ਨ ਰੇਸ਼ੋ ਜਿਹੜੀ ਹੈ ਉਹ ਯੂਜ਼ ਕਰਦੇ ਹਾਂ। ਇਸ ਦੇ ਨਾਲ ਹੋਰ ਕੋਈ ਪੁਆਇੰਟ? ਤਾਂ ਹੁਣ ਤੁਸੀਂ ਅਗਰ ਇਹਦੇ ਵਿੱਚ ਅਗਰ ਇਹਨੂੰ ਅਸੀਂ ਕੇ ਦੀ ਵੈਲਿਊ ਕੱਢਾਂਗੇ ਤਾਂ ਕੇ ਦੀ ਵੈਲਿਊ ਇੱਥੇ ਕੀ ਆ ਜਾਣੀ ਸਾਡੇ ਕੋਲ ਟ੍ਰਾਂਸਫਾਰਮੇਸ਼ਨ, ਇਹ ਆ ਜਾਏਗਾ ਈ ਟੂ ਬਾਏ ਈ ਵਨ ਐਨ ਟੂ ਬਾਏ ਐਨ ਵਨ, ਅਤੇ ਇੱਥੇ ਕੀ ਆ ਜਾਏਗਾ ਆਈ ਵਨ ਬਾਏ ਆਈ ਟੂ। ਇਹਨੂੰ ਅਸੀਂ ਕਹਾਂਗੇ ਟ੍ਰਾਂਸਫਾਰਮੇਸ਼ਨ ਰੇਸ਼ੋ। ਕੀ ਕਹਾਂਗੇ? ਟ੍ਰਾਂਸਫਾਰਮੇਸ਼ਨ ਰੇਸ਼ੋ। ਯਾਨੀ ਕਿ ਸੈਕੰਡਰੀ ਵੋਲਟੇਜ, ਸੈਕੰਡਰੀ ਵੋਲਟੇਜ ਨੂੰ ਜਦੋਂ ਅਸੀਂ ਪ੍ਰਾਇਮਰੀ ਵੋਲਟੇਜ ਦੇ ਨਾਲ ਡਿਵਾਈਡ ਕਰਾਂਗੇ ਤਾਂ ਸਾਡੇ ਕੋਲ ਕੀ ਆ ਜਾਏਗਾ? ਟ੍ਰਾਂਸਫਾਰਮੇਸ਼ਨ ਰੇਸ਼ੋ ਆਏਗੀ। ਠੀਕ ਹੈ ਜੀ, ਉਮੀਦ ਹੈ ਕਿ ਤੁਹਾਨੂੰ ਇੱਥੋਂ ਤੱਕ ਕਲੀਅਰ ਹੋ ਗਿਆ ਹੋਏਗਾ। ਹੁਣ ਅਸੀਂ ਇਸਦਾ ਕਰਦੇ ਹਾਂ ਕੰਸਟਰਕਸ਼ਨ ਪੁਆਇੰਟ ਆਫ ਵਿਊ ਦੇ ਨਾਲ ਕਿਹੜੇ ਕਿਹੜੇ ਪੁਆਇੰਟ ਜਿਹੜੇ ਆ ਡਿਸਕਸ ਕਰਨ ਵਾਲੇ ਆ। ਜੇ ਤੁਸੀਂ ਟ੍ਰਾਂਸਫਾਰਮਰ ਦੇ ਜਿਹੜੇ ਪਾਰਟਸ ਹੈ ਦੇਖ ਸਕਦੇ ਹੋ, ਇਹਨੂੰ ਅਸੀਂ ਲਿਖ ਲੈਂਦੇ ਹਾਂ ਅਤੇ ਕੰਸਟਰਕਸ਼ਨ ਕੰਸਟਰਕਸ਼ਨ ਪੁਆਇੰਟ ਆਫ ਵਿਊ ਦੇ ਨਾਲ ਟ੍ਰਾਂਸਫਾਰਮਰ ਦੇ ਕੁਝ ਸਾਰੇ ਪਾਰਟਸ ਜਿਹੜੇ ਹੈ ਦੱਸੇ ਗਏ ਹੈ। ਸਭ ਤੋਂ ਪਹਿਲਾਂ ਇੱਕ ਇੱਕ ਕਰਕੇ ਅਸੀਂ ਡਿਸਕਸ ਕਰਾਂਗੇ। ਪਹਿਲਾਂ ਇਹਨਾਂ ਦੇ ਨਾਮ ਦੇਖ ਲਓ, ਇਹ ਆ ਗਿਆ ਸਾਡੇ ਕੋਲ ਐਕਸਪਲੋਜ਼ਨ ਵੈਂਟ, ਪ੍ਰਾਇਮਰੀ ਟਰਮੀਨਲ ਬੁਸ਼ਿੰਗ, ਇਹ ਆ ਗਿਆ ਸਾਡੇ ਕੋਲ ਜੀ ਬੁਸ਼। ਇੱਥੇ ਆ ਜਾਂਦਾ ਸਾਡੇ ਕੋਲ ਟ੍ਰਾਂਸਫਾਰਮਰ ਓਇਲ, ਕੂਲਿੰਗ ਟਿਊਬਸ ਜਿਹਨੂੰ ਅਸੀਂ ਫਿਨ ਵੀ ਕਹਿੰਦੇ ਹਾਂ ਫਿਨਸ, ਔਰ ਇਹਨੂੰ ਅਸੀਂ ਰੇਡੀਏਟਰ ਵੀ ਕਹਿੰਦੇ ਹਾਂ। ਕੀ ਕਹਿੰਦੇ ਹਾਂ? ਰੇਡੀਏਟਰ ਵੀ ਕਹਿੰਦੇ ਆ ਇਹਨਾਂ ਨੂੰ, ਫਿਨਸ ਵੀ ਕਹਿੰਦੇ ਆ। ਕੋਰ, ਇਹ ਆ ਗਈ ਸਾਡੇ ਕੋਲ ਟ੍ਰਾਂਸਫਾਰਮਰ ਕੋਰ, ਠੀਕ ਹੈ। ਪ੍ਰਾਇਮਰੀ ਟਰਮੀਨਲ ਬੁਸ਼ਿੰਗ ਯਾਨੀ ਇਹ ਪ੍ਰਾਇਮਰੀ ਸਾਈਡ ਹੈ, ਪ੍ਰਾਇਮਰੀ ਬੁਸ਼ਿੰਗ ਆ ਗਏ। ਟ੍ਰਾਂਸਫਾਰਮਰ ਟੈਂਕ, ਕੰਸਟਰਕਸ਼ਨ ਆਫ ਟ੍ਰਾਂਸਫਾਰਮਰ, ਇਹ ਆ ਗਿਆ ਟੈਂਕ ਆਊਟਲੈਟ, ਓਇਲ ਨੂੰ ਆਊਟਲੈਟ ਨਿਕਾਲਣ ਵਾਸਤੇ। ਇਹ ਆ ਗਿਆ ਸਾਡੇ ਕੋਲ ਟੈਂਪਰੇਚਰ ਗੇਜ, ਇਹ ਆ ਗਿਆ ਸਾਡੇ ਕੋਲ ਟੈਂਪਰੇਚਰ ਗੇਜ। ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਵੈਰੀ ਵੈਰੀ ਇੰਪੋਰਟੈਂਟ ਪਾਰਟ, ਬਰੀਥਰ, ਬਰੀਥਰ ਯਾਨੀ ਕਿ ਜਿੱਥੋਂ ਟ੍ਰਾਂਸਫਾਰਮਰ ਸਾਹ ਲੈਂਦਾ ਹੈ। ਕੰਜ਼ਰਵੇਟਰ ਟੈਂਕ, ਵੈਰੀ ਵੈਰੀ ਇੰਪੋਰਟੈਂਟ, ਅਕਸਰ ਐਗਜ਼ਾਮ ਦੇ ਵਿੱਚ ਕੰਜ਼ਰਵੇਟਰ ਟੈਂਕ ਬਾਰੇ, ਬਰੀਥਰ ਬਾਰੇ, ਟੈਂਪਰੇਚਰ ਗੇਜ ਬਾਰੇ, ਬਕ ਹੋਲਸ ਰਿਲੇ ਇਹਦੇ ਬਾਰੇ ਵੀ ਪੁੱਛ ਲਿਆ ਜਾਂਦਾ ਕਿ ਜਿਹੜੀ ਬਕ ਹੋਲਸ ਰਿਲੇ ਹੈ, ਜਾਂ ਨੂੰ ਅਸੀਂ ਬੱਕਰ ਰਿਲੇ ਕਈ ਬੋਲ ਦਿੰਦੇ ਹਾਂ, ਬਕ ਹੋਲਸ ਰਿਲੇ, ਇਹ ਜਿਹੜੀ ਰਿਲੇ ਹੈ ਇਹ ਕਿਹਦੇ ਕਿਹਦੇ ਵਿੱਚ ਲੱਗੀ ਹੁੰਦੀ ਹੈ? ਇਹ ਟ੍ਰਾਂਸਫਾਰਮਰ ਦੇ ਮੇਨ ਟੈਂਕ ਅਤੇ ਕੰਜ਼ਰਵੇਟਰ ਟੈਂਕ ਦੇ ਨਾਲ ਲੱਗੀ ਹੁੰਦੀ ਹੈ। ਯਾਨੀ ਕਿ ਇਹ ਆ ਗਿਆ ਸਾਡੇ ਕੋਲ ਟ੍ਰਾਂਸਫਾਰਮਰ ਦਾ ਮੇਨ ਟੈਂਕ, ਔਰ ਇਹ ਆ ਗਿਆ ਸਾਡੇ ਕੋਲ ਬੱਕਰ ਰਿਲੇ। ਇਹ ਜਿਹੜੀ ਬੱਕਰ ਰਿਲੇ ਹੈ ਇਹ ਪਾਵਰ ਟ੍ਰਾਂਸਫਾਰਮਰ 'ਚ ਯੂਜ਼ ਕੀਤੀ ਜਾਂਦੀ ਹੈ, ਇਹ ਪਾਵਰ ਟ੍ਰਾਂਸਫਾਰਮਰ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ।
ਵੱਡੇ ਟਰਾਂਸਫਾਰਮਰਾਂ ਦੇ ਵਿੱਚ ਜਿਹੜੀ ਹੈ ਯੂਜ਼ ਕੀਤੀ ਜਾਂਦੀ ਹੈ। ਔਰ ਇਹ ਆ ਗਏ ਸਾਡੇ ਕੋਲ ਸੈਕੰਡਰੀ ਟਰਮੀਨਲ ਬੁਸ਼ਿੰਗ, ਠੀਕ ਹੈ, ਇਹ ਆ ਗਏ ਸਾਡੇ ਕੋਲ ਬੁਸ਼। ਹੁਣ ਸਾਰੇ ਪਾਰਟ ਅਸੀਂ ਜਿਹੜੇ ਹੈ ਵਨ ਬਾਈ ਵਨ ਡਿਸਕਸ ਕਰਾਂਗੇ। ਪਹਿਲਾਂ ਅਸੀਂ ਪਾਰਟ ਦੇਖ ਲਿਆ, ਫਿਰ ਕਿਹੜਾ ਕਿਹੜਾ ਪਾਰਟ ਦਾ ਕੀ ਕੰਮ ਹੈ ਉਹ ਅਸੀਂ ਡਿਸਕਸ ਕਰਾਂਗੇ, ਉਹ ਕਾਫੀ ਇੰਪੋਰਟੈਂਟ ਹੈ ਸਾਡੇ ਵਾਸਤੇ। ਸਭ ਤੋਂ ਪਹਿਲਾਂ ਅਸੀਂ ਕਹੀਏ ਕਿ ਅਗਰ ਕੰਸਟਰਕਸ਼ਨ ਪੁਆਇੰਟ ਆਫ ਵਿਊ ਦੇ ਨਾਲ ਜਿਹੜਾ ਟਰਾਂਸਫਾਰਮਰ ਹੈ ਉਹਨੂੰ ਅਸੀਂ ਦੋ ਪਾਰਟ ਦੇ ਵਿੱਚ ਵੰਡਦੇ ਹਾਂ। ਇੱਕ ਪਾਰਟ ਆ ਜਾਂਦਾ ਸਾਡੇ ਕੋਲ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਜੀ ਮੇਨ ਪਾਰਟਸ, ਔਰ ਇੱਕ ਪਾਰਟਸ ਨੂੰ ਅਸੀਂ ਕਹਿ ਦਿੰਦੇ ਹਾਂ ਐਕਸਲਰੀ ਪਾਰਟਸ। ਐਕਸਲਰੀ ਪਾਰਟਸ ਦਾ ਮਤਲਬ ਕਿ ਜਿਹੜੇ ਪਾਰਟਸ ਜਿਹੜੇ ਹੈ ਸਾਨੂੰ ਹੈਲਪ ਕਰਦੇ ਆ ਉਹਨਾਂ ਦੀ ਪਾਰਟਸ ਨਾਲ, ਸਹਾਇਕ ਸਹਾਇਕ ਪਾਰਟਸ ਯਾਨੀ ਕਿ ਅੰਗ ਉਹਦੇ, ਔਰ ਇੱਕ ਮੇਨ ਪਾਰਟਸ। ਮੇਨ ਪਾਰਟਸ ਮਤਲਬ ਕਿ ਜਿਹਦੇ ਬਿਨਾਂ ਟਰਾਂਸਫਾਰਮਰ ਦੀ ਕਲਪਨਾ ਨਹੀਂ ਕੀਤੀ ਜਾਂਦੀ। ਅਗਰ ਅਸੀਂ ਮੇਨ ਪਾਰਟਸ ਦੀ ਗੱਲ ਕਰੀਏ ਤਾਂ ਮੇਨ ਪਾਰਟਸ ਵਿੱਚ ਦੋ ਚੀਜ਼ਾਂ ਆਉਂਦੀਆਂ। ਸਭ ਤੋਂ ਪਹਿਲਾਂ ਆ ਜਾਂਦਾ ਇੱਕ ਕੋਰ, ਤੇ ਇੱਕ ਆ ਜਾਂਦੀ ਸਾਡੇ ਕੋਲ ਵਾਈਂਡਿੰਗ। ਇੱਕ ਆ ਜਾਂਦੀ ਸਾਡੇ ਕੋਲ ਕੋਰ ਤਾਂ ਇੱਕ ਆ ਜਾਂਦੀ ਸਾਡੇ ਕੋਲ ਵਾਈਂਡਿੰਗ। ਅਗਰ ਅਸੀਂ ਐਗਜ਼ਲਰੀ ਪਾਰਟਸ ਦੀ ਗੱਲ ਕਰੀਏ ਕਿ ਐਗਜ਼ਲਰੀ ਪਾਰਟਸ ਕਿਹੜੇ ਕਿਹੜੇ ਸਹਾਇਕ ਜਿਹੜੇ ਪਾਰਟਸ ਆਉਂਦੇ ਆ ਉਹਨਾਂ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਇੱਕ, ਤੁਸੀਂ ਲਿਖ ਸਕਦੇ ਹੋ ਟਰਾਂਸਫਾਰਮਰ ਕੋਇਲ। ਉਸ ਤੋਂ ਬਾਅਦ ਆ ਗਿਆ ਕੰਜ਼ਰਵੇਟਰ, ਜਿਹੜੇ ਪਾਰਟਸ ਅਸੀਂ ਉੱਪਰ ਦੇਖੇ ਬਰੀਥਰ, ਜਿਹੜੇ ਮੇਨ ਪਾਰਟਸ ਹੈ। ਫਿਰ ਆ ਗਿਆ ਬੁਸ਼ਿੰਗ, ਫਿਰ ਆ ਗਿਆ ਸਾਡੇ ਕੋਲ ਰੇਡੀਏਟਰ। ਰੇਡੀਏਟਰ ਇੱਕ ਆ ਗਿਆ ਸਾਡੇ ਕੋਲ ਬਕ ਹੋਲਸ ਲੇ। ਤੋ ਪਹਿਲਾਂ ਅਸੀਂ ਗੱਲ ਕਰਾਂਗੇ ਮੇਨ ਪਾਰਟਸ ਦੀ, ਫਿਰ ਅਸੀਂ ਗੱਲ ਕਰਾਂਗੇ ਇਹਦੇ ਜਿਹੜੇ ਐਕਸੈਲਰੀ ਪਾਰਟਸ ਹੈ ਜਿਹੜੇ ਅਸੀਂ ਨਾਂ ਲਿਖਿਆ ਟਰਾਂਸਫਾਰਮਰ ਆਇਲ ਦਾ ਕੀ ਕੰਮ ਹੈ, ਕੰਜ਼ਰਵੇਟਰ ਦਾ ਕੀ ਕੰਮ ਹੈ, ਬਰੇਥਰ ਦਾ ਕੀ ਕੰਮ ਹੈ, ਬੁਸ਼ਿੰਗ ਦਾ ਕੀ ਕੰਮ ਹੈ, ਰੇਡੀਏਟਰ ਦਾ ਕੀ ਕੰਮ ਹੈ, ਬਕ ਹੋਲਸ ਲਈ ਕੀ ਕੰਮ ਹੈ। ਤੋ ਹੁਣ ਅਸੀਂ ਅਗਰ ਅਸੀਂ ਕੋਰ ਤੋਂ ਸ਼ੁਰੂ ਕਰਦੇ ਹਾਂ, ਪਹਿਲਾ ਇਸਦਾ ਪਾਰਟ ਅਸੀਂ ਡਿਸਕਸ ਕਰਾਂਗੇ ਜੀ ਕੋਰ। ਹੁਣ ਅਗਰ ਅਸੀਂ ਟਰਾਂਸਫਾਰਮਰ ਦੀ ਗੱਲ ਕਰੀਏ ਤੈਨੂੰ ਅਸੀਂ ਫਰੀ ਹੈਂਡ ਇੱਕ ਪਹਿਲਾਂ ਇੱਕ ਡਾਇਗਰਾਮ ਬਣਾਉਂਦੇ ਹਾਂ ਸਿੰਪਲ ਜੀ।
ਤੇ ਆ ਗਿਆ ਸਾਡੇ ਕੋਲ ਏਸੀ ਸੋਰਸ, ਔਰ ਇੱਦਾਂ ਕਰਾਂਗੇ ਅਸੀਂ ਸੈਕੰਡਰੀ। ਇੱਧਰ ਅਸੀਂ ਕੀ ਲਗਾਉਂਦੇ ਹਾਂ ਜੀ? ਇੱਧਰ ਅਸੀਂ ਲਗਾਉਂਦੇ ਹਾਂ ਲੋਡ। ਹੁਣ ਕੋਰ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਕੀ ਕਰਦੇ ਆ, ਕੋਰ ਦਾ ਕੰਮ ਕੀ ਹੈ? ਸਭ ਤੋਂ ਪਹਿਲਾਂ ਪੁਆਇੰਟ, ਕੋਰ ਜਿਹੜੀ ਹੈ ਫਲਕਸ, ਇਹ ਨੂੰ ਕੀ ਕਹਿੰਦੇ ਹਾਂ ਅਸੀਂ ਕੋਰ। ਇਹ ਪ੍ਰਾਇਮਰੀ ਬਾਇੰਡਿੰਗ ਸੈਕੰਡਰੀ ਬਾਇੰਡਿੰਗ ਅਸੀਂ ਡਿਸਕਸ ਕਰ ਚੁੱਕੇ ਹਾਂ। ਕੋਰ ਦਾ ਜਿਹੜਾ ਪਹਿਲਾ ਕੰਮ ਹੈ, ਕੋਰ ਕੀ ਕਰਦੀ ਹੈ? ਫਲਕਸ ਨੂੰ ਪ੍ਰਾਇਮਰੀ ਤੋਂ ਜਿਹੜਾ ਫਲਕਸ ਹੈ ਉਹ ਪ੍ਰਾਇਮਰੀ ਤੋਂ ਜਿਹੜਾ ਸੈਕੰਡਰੀ ਤੱਕ ਫਲੋ ਕਰਦਾ, ਉਹ ਕਿਹਦੀ ਹੈਲਪ ਦੇ ਨਾਲ ਕਰਦਾ? ਕੋਰ ਦੀ ਹੈਲਪ ਦੇ ਨਾਲ। ਕਿਹਦੀ ਹੈਲਪ ਦੇ ਨਾਲ ਕਰਦਾ? ਕੋਰ ਦੀ ਹੈਲਪ ਦੇ ਨਾਲ ਕਰਦਾ। ਉਸ ਤੋਂ ਬਾਅਦ ਕੋਰ ਅਸੀਂ ਕਿਹੜੀ ਯੂਜ ਕਰਦੇ ਹਾਂ, ਕੋਰ ਅਸੀਂ ਕਿਹੜੀ ਯੂਜ ਕਰਦੇ ਹਾਂ, ਇਹ ਵੀ ਇਹਦੇ ਵਿੱਚ ਇੰਪੋਰਟੈਂਟ ਪੁਆਇੰਟ ਆਉਣਾ। ਅਸੀਂ ਕੋਰ ਉਹ ਯੂਜ ਕਰਦੇ ਹਾਂ ਜਿਹਦੇ ਵਿੱਚ ਲੋਸਿਸ ਜਿਹੜੇ ਆ ਉਹ ਘੱਟ ਹੋਣ। ਕੋਰ ਅਸੀਂ ਉਹ ਸਿਲੈਕਟ ਕਰਦੇ ਹਾਂ ਜਿਹਦੇ ਵਿੱਚ ਲੋਸਿਸ ਜਿਹੜੇ ਆ ਉਹ ਘੱਟ ਹੋਣ, ਔਰ ਰਿਲਕਟੈਂਸ ਜਿਹੜੀ ਪ੍ਰੋਪਰਟੀ ਹੈ ਉਹ ਵੀ ਕੀ ਹੋ ਰਹੀ ਹੈ, ਰਿਲਕਟੈਂਸ ਜਿਹੜੀ ਹੈ ਘੱਟ ਤੋਂ ਘੱਟ ਹੋਏ। ਔਰ ਉਸ ਤੋਂ ਬਾਅਦ ਆ ਗਿਆ ਪਰਮੇਅਬਿਲਿਟੀ, ਪਰਮੇਅਬਿਲਿਟੀ ਜਿਹੜੀ ਹੈ ਉਹ ਕੀ ਹੋਣੀ ਚਾਹੀਦੀ ਹੈ, ਜ਼ਿਆਦਾ ਹੋਣੀ ਚਾਹੀਦੀ ਹੈ। ਪਰਮੇਅਬਿਲਿਟੀ ਜਿਹੜੀ ਹੈ ਕੀ ਹੋਣੀ ਚਾਹੀਦੀ ਹੈ, ਜ਼ਿਆਦਾ ਹੋਣੀ ਚਾਹੀਦੀ ਹੈ। ਯਾਨੀ ਕਿ ਮੈਗਨੇਟ ਬਣਾਉਣ ਦਾ ਜਿਹੜਾ ਗੁਣ ਹੈ ਉਹਦੇ ਵਿੱਚ ਜ਼ਿਆਦਾ ਹੋਣਾ ਚਾਹੀਦਾ। ਤਾਂ ਫਿਰ ਇਹ ਸਾਰੀ ਪ੍ਰੋਪਰਟੀ ਜਿਹੜੀ ਸਾਨੂੰ ਕਿਸ ਮਟੀਰੀਅਲ ਵਿੱਚ ਮਿਲਦੀ ਹੈ, ਕਿ ਇੱਕ ਤਾਂ ਫਲਕਸ ਨੂੰ ਪ੍ਰਾਇਮਰੀ ਤੋਂ ਲੈ ਕੇ ਸੈਕੰਡਰੀ ਤੱਕ ਪਹੁੰਚਾਉਣ ਦਾ ਕੰਮ ਕਰਦੀ ਹੈ ਕੋਰ, ਲੋਸਿਸ ਸਾਡੇ ਘੱਟ ਹੋਣੇ ਚਾਹੀਦੇ ਹੈ। ਰਿਲਕਟੈਂਸ ਜਿਹੜੀ ਹੈ ਓਪੋਜੀਸ਼ਨ ਆਫਰ ਟੂ ਦਾ ਮੈਗਨੈਟਿਕ ਸਰਕਟ, ਮੈਗਨੈਟਿਕ ਸਰਕਟ ਵਿੱਚ ਜਿਹੜੀ ਓਪੋਜੀਸ਼ਨ ਹੈ ਜਿਹੜੀ ਫਲਕਸ ਨੂੰ ਰੋਕਦੀ ਹੈ ਉਹ ਕੌਣ ਹੈ, ਰਿਲਕਟੈਂਸ। ਤਾਂ ਰਿਲਕਟੈਂਸ ਜਿਹੜੀ ਹੈ ਘੱਟੋ ਘੱਟ ਹੋਣੀ ਚਾਹੀਦੀ ਹੈ। ਪਰਮੇਬਿਲਟੀ ਜਿਹਦੇ ਵਿੱਚ ਮੈਗਨੇਟ ਬਣਾਉਣ ਦੇ ਜਿਹੜੇ ਗੁਣ ਹੈ ਉਹ ਜ਼ਿਆਦਾ ਹੋਣੇ ਚਾਹੀਦੇ, ਉਹਨੂੰ ਅਸੀਂ ਪਰਮੇਬਿਲਟੀ ਕਹਿੰਦੇ ਹਾਂ। ਪਰਮੇਬਿਲਟੀ ਯਾਨੀ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਮੈਗਨੈਟਿਕ ਗੁਣ ਹੋਣੇ ਚਾਹੀਦੇ ਉਹਦੇ ਵਿੱਚ, ਉਹਨੂੰ ਅਸੀਂ ਪਰਮੇਬਿਲਟੀ ਕਹਿੰਦੇ ਹਾਂ, ਉਹ ਜ਼ਿਆਦਾ ਹੋਣੀ ਚਾਹੀਦੀ ਹੈ। ਅਤੇ ਫਿਰ ਜਿਹੜਾ ਮਟੀਰੀਅਲ ਹੈ ਉਹ ਅਸੀਂ ਜਿਹੜਾ ਮਟੀਰੀਅਲ ਸਿਲੈਕਟ ਕਰਦੇ ਹਾਂ ਉਹਦਾ ਕੀ ਨਾਮ ਆਉਂਦਾ, ਉਹ ਆਉਂਦਾ ਸਾਡੇ ਕੋਲ ਜੀ ਸਿਲੀਕੋਨ ਸਟੀਲ ਮਟੀਰੀਅਲ। ਗਲਤ ਲਿਖਤੀ ਸਪੈਲਿੰਗ ਮੈਂ ਸਟੀਲ ਦੇ ਸਟੈਲ ਕਰਦਾ, ਸਟੀਲ STEE ਸਿਲੀਕੋਨ ਸਟੀਲ ਮਟੀਰੀਅਲ ਦੀ ਅਸੀਂ ਕੀ ਯੂਜ ਕਰਦੇ ਹਾਂ, ਕੋਰ। ਕੋਰ ਜਿਹੜੀ ਹੈ ਸਿਲੀਕੋਨ ਸਟੀਲ ਮਟੀਰੀਅਲ ਦੀ ਯੂਜ ਕਰਦੇ ਹਾਂ। ਅਗਰ ਕੁਐਸਚਨ ਆ ਜਾਂਦਾ ਕਿ ਇਹ ਕਿਉਂ ਯੂਜ ਕਰਦੇ ਹਾਂ, ਹੁਣ ਉਹੀ ਪੁਆਇੰਟ ਜਿਹੜੇ ਅਸੀਂ ਉੱਪਰ ਡਿਸਕਸ ਕੀਤੇ ਹੈ ਕਿ ਇਹਦੀ ਜਿਹੜੀ
ਰਿਲੈਕਟੈਂਸ ਹੈ ਉਹ ਕੀ ਹੁੰਦੀ ਹੈ, ਘੱਟ ਹੁੰਦੀ ਹੈ। ਔਰ ਇਸ ਦੀ ਜਿਹੜੀ ਪਰਮੇਬਿਲਿਟੀ ਹੈ, ਪਰਮੇਅਬਿਲਿਟੀ ਉਹ ਕੀ ਹੁੰਦੀ ਹੈ, ਜ਼ਿਆਦਾ ਹੁੰਦੀ ਹੈ। ਕੀ ਹੁੰਦੀ ਹੈ ਉਹ, ਜ਼ਿਆਦਾ ਹੁੰਦੀ ਹੈ। ਅਤੇ ਸਿਲੀਕੋਨ ਸਟੀਲ ਦੇ ਵਿੱਚ ਸਿਲੀਕੋਨ ਅਤੇ ਸਟੀਲ ਦਾ ਜਿਹੜਾ ਮਿਸ਼ਰਣ ਹੁੰਦਾ ਹੈ, ਜਿਹਦੇ ਵਿੱਚ ਸਿਲੀਕੋਨ ਅਤੇ ਸਟੀਲ ਦਾ ਮਟੀਰੀਅਲ ਜਿਹੜਾ ਅਸੀਂ ਯੂਜ਼ ਕਰਦੇ ਹਾਂ, ਔਰ ਇਹਨੂੰ ਜਿਸ ਪ੍ਰੋਸੈਸ ਦੇ ਰਾਹੀਂ ਇਹਨੂੰ ਬਣਾਇਆ ਜਾਂਦਾ ਹੈ, ਉਸ ਪ੍ਰੋਸੈਸ ਨੂੰ ਅਸੀਂ ਕਹਿੰਦੇ ਹਾਂ, ਉਸ ਪ੍ਰੋਸੈਸ ਨੂੰ ਅਸੀਂ ਕਹਿੰਦੇ ਹਾਂ CRGO, ਜਿਹਦਾ ਮੀਨਸ ਹੁੰਦਾ ਹੈ ਕੋਲਡ ਰੋਲਡ ਗ੍ਰੇਨ ਓਰੀਐਂਟੇਸ਼ਨ। ਓਰੀਐਂਟੇਸ਼ਨ ਇਸ ਪ੍ਰੋਸੈਸ ਦੇ ਨਾਲ ਜਿਹੜਾ ਸਿਲੀਕੋਨ ਸਟੀਲ ਮਟੀਰੀਅਲ ਜਿਹੜਾ ਯੂਜ਼ ਕੀਤਾ ਜਾਂਦਾ, ਜਿਹਦੇ ਵਿੱਚ ਜਿਹੜਾ ਸਿਲੀਕਨ ਹੈ 2 ਤੋਂ ਲੈ ਕੇ 10% ਦੇ ਵਿੱਚ ਇਹਨੂੰ ਅਸੀਂ ਯੂਜ਼ ਕਰਦੇ ਹਾਂ। ਔਰ ਦੂਸਰਾ ਇੱਕ ਪੁਆਇੰਟ ਹੋਰ ਆ ਜਾਂਦਾ ਇਸ ਦੇ ਨਾਲ, ਜਿਹਦੇ ਨਾਲ ਕੀ ਹੁੰਦਾ ਹੈ, ਹਿਸਟੀਰੇਸਿਸ ਲਾਸ ਵੀ ਜਿਹੜੇ ਆ ਉਹ ਘੱਟ ਹੁੰਦੇ। ਸਿਲੀਕੋਨ ਸਟੀਲ ਮਟੀਰੀਅਲ ਦੇ ਨਾਲ ਜਿਹੜੇ ਹਿਸਟੀਰੇਸਿਸ ਲਾਸ ਵੀ ਜਿਹੜੇ ਆ ਉਹ ਘੱਟ ਹੁੰਦੇ ਆ। ਇਸ ਦੇ ਨਾਲ ਹੀ ਇੱਕ ਪੁਆਇੰਟ ਹੋਰ ਆ ਜਾਏਗਾ ਨਾਲ, ਇੱਥੇ ਐਡੀ ਕਰੰਟ। ਕਿਹੜਾ ਪੁਆਇੰਟ ਆ ਗਿਆ ਸਾਡੇ ਕੋਲ, ਐਡੀ ਕਰੰਟ। ਐਡੀ ਕਰੰਟ ਵਿੱਚ ਦੱਸਿਆ ਕਿ ਜਿਸ ਤਰ੍ਹਾਂ ਤੁਸੀਂ ਡਾਇਗਰਾਮ ਦੇਖ ਸਕਦੇ ਹੋ, ਇਹਦੇ ਵਿੱਚ ਜਿਹੜੀ ਅਸੀਂ ਆਇਰਨ ਕੋਰ ਹੈ ਉਹਦੀ ਅਲੱਗ ਅਲੱਗ ਲੈਮੀਨੇਟਡ ਕੋਰ, ਯਾਨੀ ਕਿ ਉਹਦੀ ਅਲੱਗ ਅਲੱਗ ਪਰਤ ਯੂਜ਼ ਕਰਦੇ ਹਾਂ। ਪਰਤ ਇਹ ਇੱਕ ਪਰਤ ਇਹ ਹੋ ਗਈ, ਇੱਕ ਪਰਤ ਇਹ ਹੋ ਗਈ, ਇੱਕ ਪਰਤ ਇਹ ਹੋ ਗਈ, ਹੋਰ ਵੀ ਕਿੰਨੀਆਂ ਹੀ ਪਰਤਾਂ ਅਸੀਂ ਯੂਜ਼ ਕਰਦੇ ਹਨ। ਔਰ ਇਹ ਪਰਤ ਵਾਈਜ਼ ਕਿਉਂ ਯੂਜ਼ ਕਰਦੇ ਹਾਂ, ਪੂਰਾ ਇੱਕ ਪੀਸ ਨਹੀਂ ਲੈਂਦੇ ਅਸੀਂ ਇਕੱਠਾ, ਇਹਨੂੰ ਪਰਤ ਵਾਈਜ਼ ਅਲੱਗ ਅਲੱਗ ਲੈਮੀਨੇਟਡ ਪਰਤ ਜਿਹੜੀ ਹੈ ਯੂਜ਼ ਕਰਦੇ ਹਾਂ। ਉਹਦਾ ਕਾਰਨ ਇਹ ਹੈ ਵੀ ਕਿਉਂ ਕੀਤੀ ਜਾਂਦੀ ਹੈ, ਐਡੀ ਕਰੰਟ ਨੂੰ ਘਟਾਉਣ ਦੇ ਲਈ। ਐਡੀ ਕਰੰਟ ਘਟਾਉਣ ਲਈ ਅਸੀਂ ਕੀ ਯੂਜ਼ ਕਰਦੇ ਹਾਂ, ਲੈਮੀਨੇਟਡ ਕੋਰ, ਜਿਹਨੂੰ ਅਸੀਂ ਕਹਿੰਦੇ ਹਾਂ ਪਰਤਦਾਰ, ਪਰਤਦਾਰ ਜਿਹੜੀ ਅਸੀਂ ਯੂਜ਼ ਕਰਦੇ ਹਾਂ। ਯਾਨੀ ਕਿ ਲੈਮੀਨੇਟਡ ਕੋਰ ਜਿਹੜੀ ਹੈ ਲੈਮੀਨੇਟਡ ਕੀਤੀ ਹੁੰਦੀ ਹੈ, ਅਲੱਗ ਅਲੱਗ ਪਰਤਾਂ ਦੇ ਵਿੱਚ ਇਹਨੂੰ ਸਟੈਕਿੰਗ ਕੀਤਾ ਹੁੰਦਾ, ਔਰ ਇਹਦੀ ਜਿਹੜੀ ਥਿਕਨੈਸ ਹੈ ਲੈਮੀਨੇਟਡ ਦੀ, ਲੈਮੀਨੇਟਡ ਦੀ ਜਿਹੜੀ ਥਿਕਨੈਸ ਹੈ ਉਹ 0.5 mm, ਯਾਨੀ ਕਿ 0.2 ਤੋਂ ਲੈ ਕੇ 0.5 mm ਦੇ ਵਿੱਚ ਹੁੰਦੀ ਹੈ। ਤੋ ਇਹ ਅਸੀਂ ਯੂਜ਼ ਕਰਦੇ ਹਾਂ, ਇਸ ਨਾਲ ਕੀ ਹੁੰਦਾ ਹੈ ਐਡੀ ਕਰੰਟ ਲਾਸ ਜਿਹੜਾ ਉਹ ਘੱਟ ਜਾਂਦਾ। ਐਡੀ ਕਰੰਟ ਲਾਸ ਲੈਮੀਨੇਟਡ ਕੋਰ ਅਸੀਂ ਯੂਜ਼ ਕਰਦੇ ਹਾਂ ਐਡੀ ਕਰੰਟ ਨੂੰ ਘਟਾਉਣ ਦੇ ਵਾਸਤੇ। ਉਸ ਤੋਂ ਬਾਅਦ ਇੱਕ ਇੰਪੋਰਟੈਂਟ ਪੁਆਇੰਟ ਇਸ ਦੇ ਨਾਲ ਆ ਜਾਂਦਾ ਕਿ ਜਿਹੜਾ
ਆਇਰਨ ਲਾਸ ਹੈ, ਆਇਰਨ ਲਾਸ, ਔਰ ਇਹਨੂੰ ਹੀ ਅਸੀਂ ਕਹਿ ਦਿੰਦੇ ਹਾਂ ਕੋਰ ਲਾਸਿਸ, ਕੋਰ ਲਾਸਿਸ, ਜਾਂ ਤੁਸੀਂ ਕਹਿ ਲਓ ਆਇਰਨ ਲਾਸ, ਜਾਂ ਤੁਸੀਂ ਕਹਿ ਲਓ ਕੋਰ ਲਾਸਿਸ। ਹੁਣ ਆਇਰਨ ਲਾਸ, ਕੋਰ ਲਾਸਿਸ ਦੋਨੋਂ ਹੀ ਇੱਕੋ ਨਾਲ, ਜਾਂ ਤੁਸੀਂ ਆਇਰਨ ਲਾਸ ਕਹਿ ਲਓ ਜਾਂ ਕੋਰ ਲਾਸਿਸ ਕਹਿ ਲਓ, ਇਹ ਕਿੰਨੇ ਤਰ੍ਹਾਂ ਦੇ ਹੋ ਗਏ? ਇਹ ਦੋ ਤਰ੍ਹਾਂ ਦੇ ਹੋ ਗਏ। ਅਕਸਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਕਿ ਆਇਰਨ ਲਾਸ ਦੇ ਵਿੱਚ ਕੀ ਆਉਂਦਾ ਹੈ। ਤੋ ਆਇਰਨ ਲਾਸ ਵਿੱਚ ਆ ਗਿਆ, ਪਹਿਲਾਂ ਆ ਗਿਆ ਸਾਡੇ ਕੋਲ ਹਿਸਟੀਰੀਸਿਸ ਲਾਸ, ਹਿਸਟੀਰੀਸਿਸ ਲਾਸ, ਔਰ ਦੂਸਰਾ ਆ ਗਿਆ ਸਾਡੇ ਕੋਲ ਐਡੀ ਕਰੰਟ ਲਾਸ, ਐਡੀ ਕਰੰਟ ਲਾਸ। ਹਿਸਟੀਰੀਸਿਸ ਲਾਸ ਦੇ ਲਈ ਕੀ ਯੂਜ਼ ਕੀਤਾ ਹੈ? ਸਿਲੀਕੋਨ, ਸਟੀਲ ਮਟੀਰੀਅਲ ਅਸੀਂ ਯੂਜ਼ ਕੀਤਾ ਹੈ। ਔਰ ਐਡੀ ਕਰੰਟ ਲਾਸ ਨੂੰ ਕੱਟ ਕਰਨੇ ਅਸੀਂ ਕੀ ਕਰਨੇ ਹੈ? ਲੈਮੀਨੇਟਿਡ, ਕੀ ਯੂਜ਼ ਕਰਦੇ ਹੈ? ਲੈਮੀਨੇਟਿਡ ਨੂੰ ਅਸੀਂ, ਲੈਮੀਨੇਟਿਡ ਜਿਹੜੀ ਕੋਰ ਹੈ ਉਹ ਅਸੀਂ ਯੂਜ਼ ਕਰਦੇ ਹਾਂ। ਲੈਮੀਨੇਟਡ ਦਾ ਮੀਨਿੰਗ ਆ ਗਿਆ ਪਰਤਦਾਰ, ਪਰਤਦਾਰ। ਤੇ ਹਿਸਟੀਰੀਸਿਸ ਲਾਸ ਨੂੰ ਘੱਟ ਕਰਨੇ ਅਸੀਂ ਸਿਲੀਕੋਨ ਸਟੀਲ ਜਿਹੜਾ ਮਟੀਰੀਅਲ ਹੈ ਉਹ ਸਿਲੈਕਟ ਕਰਦੇ ਹਾਂ। ਤੋ ਨੈਕਸਟ ਕਲਾਸ ਵਿੱਚ ਅਸੀਂ ਜਿਹੜੇ ਬਾਕੀ ਪਾਰਟ ਹੈ ਟ੍ਰਾਂਸਫਾਰਮਰ ਦੇ ਉਹ ਅਸੀਂ ਡਿਸਕਸ ਕਰਾਂਗੇ, ਔਰ ਇੱਕ ਕਲਾਸ ਸਾਡੀ ਹੋਰ ਲੱਗੇਗੀ ਜਿਹਦੇ ਵਿੱਚ ਸਾਰੇ ਪਾਰਟਸ ਜਿਹੜੇ ਅਸੀਂ ਡਿਸਕਸ ਕਰਾਂਗੇ, ਔਰ ਉਸ ਤੋਂ ਬਾਅਦ ਫਿਰ ਅਸੀਂ ਇਸਦੇ MCQ ਕੁਸ਼ਚਨ ਵੀ ਕਰਾਂਗੇ।